ਸਤਿ ਸ਼੍ਰੀ ਅਕਾਲ ਜੀ, ਹਰਜੀਤ ਹੁੰਦਲ ਆਵਾਜ਼ ਤੁਹਾਡੇ ਸਾਰਿਆਂ ਦੇ ਨਾਲ ਅੱਜ ਪਹਿਲੀ ਮੁਲਾਕਾਤ, ਇੱਕ ਮੁਲਾਕਾਤ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਜਿਹਦੇ ਵਿੱਚ ਸਾਡੇ ਖਾਸ ਮਹਿਮਾਨ ਨੇ ਪੰਜਾਬ ਤੋਂ ਗੁਰਸੇਖ ਸਿੰਘ ਜੀ, ਐਡਵੋਕੇਟ, ਐਂਡ ਇਹਨਾਂ ਦੇ ਨਾਲ ਅੱਜ ਬੜੀ ਪਿਆਰੀ ਮੁਲਾਕਾਤ ਹੈ, ਗੁੱਡ ਪਰਸਨੈਲਿਟੀ ਆ। ਔਰ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਸੀਗਾ ਕਿ ਹਰ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ ਵੱਖ ਪਰਸਨੈਲਿਟੀਆਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਉਹ ਕੋਈ ਡਾਕਟਰ ਹੈ, ਕੋਈ ਕਵੀ ਹੈ, ਕੋਈ ਰਾਈਟਰ ਹੈ, ਔਰ ਜਾਂ ਕਿਸੇ ਵੀ ਕਿੱਤੇ ਦੇ ਵਿੱਚ ਉਹ ਆਪਣੇ ਗਾਂਹ ਵਧੂ ਵਿਚਾਰ ਰੱਖਦਾ ਜਾਂ ਕਿਤੇ 'ਚ ਆਪਣੇ ਕਿੱਤੇ ਦੇ ਵਿੱਚ ਸਫਲਤਾ ਉਹਨੇ ਹਾਸਲ ਕੀਤੀ ਆ। ਔਰ ਸਾਡੇ ਨਾਲ ਨੇ ਅੱਜ ਬੜੇ ਪਿਆਰੇ, ਖੂਬਸੂਰਤ, ਚੰਗੀ ਪਰਸਨੈਲਿਟੀ ਵਾਲੇ ਸਰਦਾਰ ਗੁਰਸੇਖ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਅਮਰੀਕਾ ਦੇ ਵਿੱਚ ਵਸਦੇ ਸਾਰੇ ਪੰਜਾਬੀ ਭਾਈਚਾਰੇ ਨੂੰ ਮੈਂ ਦੁਬਾਰਾ ਸਤਿ ਸ਼੍ਰੀ ਅਕਾਲ ਕਰਦਾ, ਅਤੇ ਮੈਂ ਮਾਈ ਟੀ ਵੀ ਦੀ ਪੂਰੀ ਟੀਮ ਨੂੰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ, ਮੈਨੂੰ ਮਾਣ ਬਖਸ਼ਿਆ, ਔਰ ਮੇਰੇ ਨਾਲ ਆਪਣੇ ਵਿਚਾਰ ਨੇ ਜਿਹੜੇ ਸਾਂਝੇ ਕਰਨ ਦਾ ਮੈਨੂੰ ਇੱਕ ਮੌਕਾ ਦਿੱਤਾ। ਬਹੁਤ ਵਧੀਆ, ਤੁਹਾਡਾ ਤਹਿ ਦਿਲੋਂ ਸਰ ਮੈਂ ਧੰਨਵਾਦ ਕਰਦਾ ਜੀ। ਵਕੀਲ ਸਾਹਿਬ, ਅਸੀਂ ਤੁਹਾਡਾ ਤਹਿ ਦਿਲੋਂ ਸਟੂਡੀਓ 'ਚ ਸਵਾਗਤ ਕਰਦੇ ਹਾਂ ਔਰ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਔਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਅਮਰੀਕਾ ਆਉਣ ਦਾ ਸਵਾਗਤ ਆ, ਔਰ ਤੁਹਾਡਾ ਕਿਵੇਂ ਸਬੱਬ ਬਣਿਆ ਅਮਰੀਕਾ ਆਉਣ ਦਾ? ਇੱਥੇ ਇੱਕ ਮੈਂ ਤੁਹਾਨੂੰ ਦੱਸਦਾ ਕਿ ਮੈਂ ਆਪਣੇ ਫੈਮਿਲੀ ਫੰਕਸ਼ਨ ਨੂੰ ਇੱਥੇ ਅਟੈਂਡ ਕਰਨ ਵਾਸਤੇ ਆਇਆ ਹੋਇਆ। ਇੱਕ ਮਹੀਨੇ ਦਾ ਮੇਰਾ ਇਹ ਅਮਰੀਕੀ ਦੌਰਾ ਹੈਗਾ, ਅਤੇ ਵੈਸੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਂ ਇੱਕ ਆਪਣੇ ਪੰਜਾਬੀ ਭਾਈਚਾਰਾ ਜਿਹੜਾ ਕਿ ਆਪਣੇ ਪੰਜਾਬ ਤੋਂ ਬਹੁਤ ਦੂਰ ਪ੍ਰਦੇਸ਼ ਦੇ ਵਿੱਚ ਵੱਸਦਾ ਹੈ, ਉਹਨਾਂ ਦੇ ਨਾਲ ਉਹਨਾਂ ਦੇ ਜਿੱਦਾਂ ਉਹ ਜ਼ਿੰਦਗੀ ਗੁਜ਼ਰ ਬਸਰ ਕਰਦੇ ਹੈ, ਇੱਕ ਬੜੇ ਅਗਾਂਹ ਵਧੂ ਸਮਾਜ ਦੇ ਮਤਲਬ ਹੁਣ ਇੱਕ ਹਿੱਸਾ ਬਣ ਚੁੱਕੇ ਨੇ, ਉਹਨਾਂ ਦੇ ਨਾਲ ਬੈਠਣ ਦਾ, ਉਹਨਾਂ ਦੀ ਜ਼ਿੰਦਗੀ ਨੂੰ ਵਿਚਾਰਨ ਦਾ, ਦੇਖਣ ਦਾ ਮੈਨੂੰ ਮੌਕਾ ਮਿਲਿਆ। ਅਤੇ ਹੋਰ ਇਸ ਤੋਂ ਇਲਾਵਾ ਮੇਰਾ ਕੋਈ ਐਡਾ ਮਤਲਬ ਕੋਈ ਇਹ ਮੰਤਵ ਨਹੀਂ ਹੈ। ਗੁਰਸੇਖ ਸਿੰਘ ਜੀ, ਜਿਵੇਂ ਤੁਸੀਂ ਪੰਜਾਬ ਤੋਂ ਆਏ ਹੋ, ਔਰ ਤੁਸੀਂ ਆ ਕੇ ਇੱਥੇ ਕੀ ਮਹਿਸੂਸ ਕਰਦੇ ਹੋ, ਜਾਂ ਕਿਵੇਂ ਦਾ ਤੁਹਾਨੂੰ ਲੱਗਿਆ ਕਿ ਇੱਥੋਂ ਦੇ, ਕਿਉਂਕਿ ਤੁਹਾਡਾ ਕਿੱਤਾ ਜਿਹੜਾ ਉਹ ਇੱਕ ਵਕੀਲੀ ਨਾਲ ਆ? ਦੇਖੋ, ਸ਼ੁਰੂ ਤੋਂ ਹੀ ਇਹ ਗੱਲ ਤਾਂ ਅਸੀਂ ਦੇਖਦੇ ਆਏ ਹਾਂ, ਸੁਣਦੇ ਵੀ ਆਏ ਹਾਂ ਕਿ ਅਮਰੀਕਾ ਦੇ ਵਿੱਚ ਜਿਹੜਾ ਹੈ ਕਾਨੂੰਨ ਕਾਇਦਾ ਲਾ ਲਓ ਜਾਂ ਕੋਈ ਵੀ ਜਿਹੜਾ ਉੱਥੇ ਦਾ ਰਹਿਣ ਸਹਿਣ ਹੈ ਉਹ ਬਹੁਤ ਹੀ ਇੱਕ ਸੁਚੱਜੇ ਢੰਗ ਦੇ ਨਾਲ ਮਤਲਬ ਕਿ ਲੋਕ ਉੱਥੇ ਰਹਿੰਦੇ ਹੈ। ਇਹ ਇੱਥੇ ਆ ਕੇ ਮੈਨੂੰ ਆਏ ਨੂੰ 3-4 ਦਿਨ ਹੋ ਗਏ ਆ, ਔਰ ਮੈਂ ਦੇਖਦਾ ਕਿ ਹਰ ਚੀਜ਼ ਹੈ ਜਿਹੜੀ ਇੱਕ ਬਹੁਤ ਹੀ ਸਿਸਟਮੈਟਿਕ ਢੰਗ ਦੇ ਨਾਲ ਇੱਥੇ ਚੱਲਦੀ ਹੈ। ਲੋਕਾਂ ਦਾ ਸਵੇਰੇ ਉੱਠਣਾ, ਉਸ ਤੋਂ ਬਾਅਦ ਉਹਨਾਂ ਦਾ ਆਪਣੀ ਨੌਕਰੀ ਪੇਸ਼ੇ 'ਤੇ ਜਾਣਾ, ਜਾਂ ਅਸੀਂ ਪਬਲਿਕ ਪਲੇਸ 'ਤੇ ਵੀ ਜਦੋਂ ਆਪਾਂ ਦੇਖਦੇ ਹਾਂ ਕਿ ਹਰ ਚੀਜ਼, ਹਰ ਬੰਦਾ ਜਿਹੜਾ ਬੜਾ ਇੱਕ ਮਿੱਠ ਬੋਲੜਾ ਜਿਹਾ ਇੱਥੋਂ ਦਾ, ਔਰ ਇਹ ਚੀਜ਼ ਹੈ ਮੈਨੂੰ ਜਿਹੜੀ ਬੜੀ ਇੱਥੋਂ ਦੀ ਵਧੀਆ ਲੱਗੀ ਹੈ। ਹਾਂਜੀ, ਬਿਲਕੁਲ, ਤੁਸੀਂ ਸਹੀ ਕਹਿੰਦੇ ਹੋ। ਹੁਣ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਸਾਂ ਵੀ ਜਿਵੇਂ ਪੜ੍ਹਾਈ ਜਿਹੜੀ ਆ, ਜਦੋਂ ਆਪਾਂ ਕਰਦੇ ਹਾਂ ਬੰਦਾ ਸੋਚਦਾ ਕਿ ਬੜੇ ਫੀਲਡ ਨੇ ਪੜ੍ਹਾਈ ਦੇ ਵਿੱਚ, ਮੈਡੀਕਲ ਲੈਵਲ 'ਤੇ ਆ, ਇੰਜੀਨੀਅਰਿੰਗ ਲੈਵਲ 'ਤੇ ਆ, ਜਾਂ ਡਾਕਟਰੀ ਆ, ਅਤੇ ਤੁਸੀਂ ਦੱਸਿਆ ਸੀਗਾ ਜਿਵੇਂ ਪਹਿਲਾਂ ਵੀ ਕਿ ਜ਼ਿਮੀਂਦਾਰ ਪਰਿਵਾਰ 'ਚੋਂ ਜੇ, ਔਰ ਤੁਹਾਡੇ ਫਾਦਰ ਸਾਹਿਬ ਨੇ ਕਾਫੀ ਮਿਹਨਤ ਕੀਤੀ, ਔਰ ਤੁਸੀਂ ਸਪੈਸ਼ਲੀ ਇਸੇ ਪ੍ਰੋਫੈਸ਼ਨ ਨੂੰ, ਇੱਕ ਵਕੀਲੀ ਨੂੰ ਤਰਜੀਹ ਦਿੱਤੀ ਆ, ਉਹਦਾ ਕੋਈ ਖਾਸ ਕਾਰਨ? ਦੇਖੋ ਜੀ, ਮੇਰੇ ਰਿਸ਼ਤੇਦਾਰੀ ਦੇ ਵਿੱਚ ਪਹਿਲਾਂ ਤੋਂ ਹੀ ਇਸ ਪ੍ਰੋਫੈਸ਼ਨ ਦੇ ਵਿੱਚ 2-3 ਆਦਮੀ ਹੈਗੇ ਹੈ। ਅੱਛਾ ਜੀ। ਅਤੇ ਮੈਂ ਬਚਪਨ ਤੋਂ ਹੀ ਜਦੋਂ ਉਹਨਾਂ ਨੂੰ ਦੇਖਦਾ ਸੀ, ਉਹਨਾਂ ਦਾ ਸਾਡੇ ਘਰ ਆਉਣਾ ਜਾਂ ਮੈਨੂੰ ਉਹਨਾਂ ਦੇ ਘਰ ਜਾਣ ਦਾ ਜਦੋਂ ਮੌਕਾ ਮਿਲਦਾ ਸੀਗਾ, ਤਾਂ ਉਹ ਮੈਨੂੰ ਬੜੀ ਇੱਕ ਇੰਟੀਲੈਕਚੁਅਲ ਪਰਸਨੈਲਿਟੀ ਮਤਲਬ ਉਹ ਲੱਗਦੇ ਹੁੰਦੇ ਸੀ। ਠੀਕ ਹੈ। ਅਤੇ ਮੇਰਾ ਉਦੋਂ ਵੀ ਮਤਲਬ ਬੜਾ ਇਹ ਮਨ ਬਣ ਗਿਆ ਸੀ ਕਿ ਮੈਂ ਕੋਈ ਇੱਦਾਂ ਦਾ ਪ੍ਰੋਫੈਸ਼ਨ ਹੈ ਜਿਹੜਾ ਖਾਸ ਤੌਰ 'ਤੇ ਵਕੀਲੀ ਕੀਤਾ ਜਿਹੜਾ ਵੀ ਮੈਂ ਉਹਨੂੰ ਚੂਜ਼ ਕਰਾਂ, ਕਿਉਂਕਿ ਮੈਨੂੰ ਇੱਦਾਂ ਲੱਗਦਾ ਹੈ ਕਿ ਇੱਕ ਵਕੀਲ ਹੈ ਜਿਹੜਾ ਉਹ ਉਹਨੂੰ ਇੱਕ ਸਰਵਪੱਖੀ ਗਿਆਨ ਹੋ ਜਾਂਦਾ ਹੈ, ਖਾਸ ਤੌਰ 'ਤੇ ਸਮਾਜ ਦਾ, ਔਰ ਖਾਸ ਤੌਰ 'ਤੇ ਇਹ ਆਪਣੇ ਸਟੇਟ ਦਾ, ਆਪਣੇ ਮੁਲਕ ਦਾ। ਅਤੇ ਬੜੀ ਚੰਗੀ ਗੱਲ ਹੈ, ਬੜਾ ਸੋਹਣਾ ਤੁਸੀਂ ਦੱਸਿਆ ਵਾ। ਦੂਜੀ ਗੱਲ ਮੈਂ ਇਹ ਗੱਲ ਕਰਨੀ ਚਾਹੁੰਦਾ, ਕਿਉਂਕਿ ਪੜ੍ਹਾਈ ਜਿਹੜੀ ਆ ਆਪਾਂ ਜੇ ਕਹਿ ਦਈਏ ਕਿ ਸੌਖੀ ਆ, ਸੌਖੀ ਨੇ। ਜੀ ਜੀ, ਬਿਲਕੁਲ ਜੀ। ਘਰਦਿਆਂ ਦਾ ਪੈਸਾ ਵੀ ਲੱਗਦਾ? ਜੀ। ਹਾਂਜੀ, ਟਾਈਮ ਵੀ ਬੜਾ ਲੱਗਦਾ ਬਾਹਰ ਹੋਸਟਲਾਂ 'ਚ ਰਹਿ ਕੇ। ਆਹ ਤੁਹਾਡੀ ਜਿਹੜੀ ਮੁੱਢਲੀ ਵਿੱਦਿਆ ਹੈ ਉਹ ਕਿੱਥੋਂ ਤੁਸੀਂ ਲਈ? ਜੀ, ਮੇਰੀ ਜਿਹੜੇ ਮੇਰੀ ਸਕੂਲਿੰਗ ਹੈ, ਸਕੂਲਿੰਗ ਮੇਰੀ ਉੱਥੇ DAV ਸਕੂਲ ਸਾਡੇ ਹੁੰਦਾ ਆ,
ਮੇਰੇ ਘਰ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਮੈਂ ਆਪਣੀ 10th ਦੀ ਜਿਹੜੀ ਮੈਟ੍ਰਿਕ ਤੱਕ ਦੀ ਪੜ੍ਹਾਈ ਹੈ ਮੈਂ ਉੱਥੋਂ ਕੀਤੀ ਹੈ ਜੀ। ਉਸ ਤੋਂ ਬਾਅਦ ਵਿਕਟੋਰੀਆ ਪਬਲਿਕ ਸਕੂਲ ਉੱਥੇ ਸੀਗਾ ਸਾਡੇ ਸ਼ਹਿਰ ਦੇ ਵਿੱਚ, ਉੱਥੇ ਪਾਤਰਾਂ ਜਿੱਥੋਂ ਮੈਂ ਬਿਲੋਂਗ ਕਰਦਾ। ਮੈਂ ਅਗਲੀ ਜਿਹੜੀ ਮੇਰੀ ਪੜ੍ਹਾਈ ਹੈ ਜਿਹੜੀ ਪਲੱਸ ਵਨ ਅਤੇ ਪਲੱਸ ਟੂ ਦੀ ਉੱਥੋਂ ਦੀ ਹੈ। ਠੀਕ ਜੀ। ਆਫਟਰ ਦੈਟ ਮੈਂ ਜਦੋਂ ਜਿਹੜੀ ਗ੍ਰੈਜੂਏਸ਼ਨ ਹੈ, ਗ੍ਰੈਜੂਏਸ਼ਨ ਸਾਡੇ ਉੱਥੇ ਸਰਕਾਰੀ ਕਿਰਤੀ ਕਾਲਜ ਨਿਆਲ, ਉੱਥੋਂ ਮੈਂ ਆਪਣੀ ਬੀ ਏ ਦੀ ਪੜ੍ਹਾਈ ਕੀਤੀ। ਅਤੇ ਜਿਹੜੀ ਲਾਅ ਦੀ ਡਿਗਰੀ ਹੈ, ਲਾਅ ਦੀ ਡਿਗਰੀ ਫਿਰ ਮੈਂ ਆਪਣਾ ਸਾਡੇ ਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਲ ਕੀਤੀ। ਅੱਛਾ ਜੀ। ਅਤੇ ਤੁਹਾਡਾ ਫਿਰ ਰੋਜ਼ ਦਾ ਆਉਣਾ ਜਾਣਾ ਪਟਿਆਲੇ ਪੜ੍ਹਾਈ ਕਰਨ ਵਾਸਤੇ, ਜਾਂ ਤੁਸੀਂ ਪਟਿਆਲੇ ਹੀ ਹੋਸਟਲ 'ਚ ਰਹੀ? ਮੈਂ ਉੱਥੇ ਹੋਸਟਲ ਦੇ ਵਿੱਚ ਰਹਿ ਕੇ 3 ਸਾਲ ਪੜ੍ਹਾਈ ਕੀਤੀ ਹੈ ਜੀ। ਅਸਲ ਦੇ ਵਿੱਚ ਥੋੜ੍ਹਾ ਜਿਹਾ ਉੱਥੇ ਸਾਡੇ ਇੰਨੀ ਕੁ ਦੂਰੀ ਹੈਗੀ ਹੈ ਮੇਰੇ ਘਰ ਤੋਂ, ਜਿਹੜਾ ਮੇਰਾ ਸ਼ਹਿਰ ਹੈ, ਕਿ ਮੈਨੂੰ ਰੋਜ਼ ਦਾ ਉੱਥੋਂ ਆਉਣਾ ਜਾਣਾ ਥੋੜ੍ਹਾ ਜਿਹਾ ਮੁਸ਼ਕਿਲ ਸੀ। ਮੈਂ ਆਪਣੇ ਪੜ੍ਹਾਈ ਨੂੰ ਵੀ ਨਾਲ ਲਗਾਤਾਰ ਉਹਦੇ ਵੱਲ ਵੀ ਧਿਆਨ ਦਿਆਂ, ਅਤੇ ਮੈਂ ਆਪਣਾ ਇੱਧਰ ਟ੍ਰੈਫਿਕ ਦੇ ਵਿੱਚ ਥੋੜ੍ਹਾ ਜਿਹਾ ਮੈਨੂੰ ਮੁਸ਼ਕਿਲ ਲੱਗਿਆ, ਮੈਂ ਉੱਥੇ ਰਹਿਣਾ ਠੀਕ ਸਮਝਿਆ। ਹਾਂਜੀ, ਬੜੀ ਚੰਗੀ ਗੱਲ ਹੈ ਜੀ। ਸਮਾਜ ਦੇ ਵਿੱਚ ਕਿਸੇ ਵੀ, ਤੁਸੀਂ ਕਿਤੇ 'ਚ ਚਲੇ ਜਾਓ, ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਚਲੇ ਜਾਓ, ਉਹ ਇੱਕ ਤੁਹਾਡੇ ਇੱਕ ਤਾਂ ਪੀੜ੍ਹੀ ਦਰ ਪੀੜ੍ਹੀ ਜਿਹੜਾ ਕਿ ਨਹੀਂ, ਉਹ ਵੀ ਪਤਾ ਲੱਗਦਾ ਆ। ਤਾਂ ਗਾੜੀ ਵੀ ਬੱਚਿਆਂ ਨੂੰ ਹੋਏਗਾ ਲਈ, ਸਾਡੇ ਖਾਨਦਾਨ ਦੇ ਵਿੱਚ ਕੋਈ ਵਕੀਲ ਵੀ ਹੋਇਆ, ਕੋਈ ਡਾਕਟਰ ਵੀ ਹੋਇਆ, ਕੋਈ ਇੰਜੀਨੀਅਰ ਵੀ ਹੋਇਆ। ਔਰ ਮੈਂ ਮੁਬਾਰਕਬਾਦ ਦਿੰਦਾ, ਤੁਹਾਡੇ ਪੇਰੈਂਟਸ ਨੂੰ ਵੀ ਵਧਾਈ ਦਿੰਦਾ ਕਿ ਤੁਸੀਂ ਵਕੀਲ ਬਣਨਾ ਵੀ ਕੋਈ ਸੌਖਾ ਨਹੀਂ ਗਾ। ਲੋਕ ਤਾਂ ਬਾਹਰਲੀਆਂ ਸਟੇਟਾਂ 'ਚ ਜਾ ਕੇ ਪੈਸਾ ਖਰਚ ਕੇ ਵਕੀਲ ਬਣਦੇ ਆ। ਔਰ ਦੇਖੋ ਜੀ, ਆਪਾਂ ਇਸੇ ਗੱਲ ਨੂੰ ਹੋਰ ਅੱਗੇ ਵਧਾਉਂਦੇ ਹਾਂ। ਜਿਵੇਂ ਪੰਜਾਬ ਦੇ ਵਿੱਚ ਬੜਾ ਕੁਝ ਆ, ਆਪਾਂ ਕਹੀਏ ਬਹੁਤ ਚੰਗਾ ਵੀ ਨਹੀਂ ਅਤੇ ਬਹੁਤ ਮਾੜਾ ਵੀ ਨਹੀਂ, ਪਰ ਅਸੀਂ ਬਾਹਰ ਬੈਠੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਤਰਸਦੇ ਹਾਂ। ਤੁਸੀਂ ਪੰਜਾਬ ਦੀ ਮਿੱਟੀ ਦੀ, ਉੱਥੋਂ ਦੇ ਪੌਣ ਪਾਣੀ ਦੀ ਖੁਸ਼ਬੂ ਲੈ ਕੇ ਆਏ ਹੋ, ਤੁਹਾਡਾ ਫਿਰ ਅਸੀਂ ਸਵਾਗਤ ਕਰਦੇ ਹਾਂ। ਔਰ ਤੁਸੀਂ ਇਹ ਗੱਲ ਦੱਸੋ ਕਿ ਜਿਵੇਂ ਤੁਹਾਡੀ ਵਿੱਦਿਆ ਆ, ਤੁਹਾਡੀ ਪ੍ਰੈਕਟਿਸ ਜਿਹੜੀ ਆ, ਉਹ ਕਿਹੜੇ ਸ਼ਹਿਰ 'ਚ? ਖਾਸ ਤੌਰ 'ਤੇ ਜੀ, ਮੇਰੇ ਉੱਥੇ ਜਿਹੜੀ ਮੈਨੂੰ ਨਜ਼ਦੀਕ ਮੇਰੀ ਤਹਿਸੀਲ ਹੈ, ਮੇਰੇ ਸਮਾਣਾ ਨੂੰ ਮੈਂ ਬਿਲੋਂਗ ਕਰਦਾ, ਤਹਿਸੀਲ ਹੈ। ਅੱਛਾ ਜੀ। ਸਮਾਣਾ ਅਤੇ ਪਟਿਆਲਾ ਜ਼ਿਲ੍ਹਾ ਮੇਰਾ, ਠੀਕ, ਇਹ ਦੋ ਜਿਹੜੇ ਨੇ ਮੁੱਖ ਕੇਂਦਰ ਨੇ ਮੇਰੀ ਪ੍ਰੈਕਟਿਸ ਦੇ। ਮੈਂ ਉੱਥੇ ਆਪਣਾ ਜਿਹੜਾ ਇਹ ਪ੍ਰੋਫੈਸ਼ਨ ਹੈ ਜਿਹੜਾ, ਇਹਨੂੰ ਮੈਂ ਰੈਗੂਲੇਟ ਕਰਦਾ ਜੀ। ਅਤੇ ਤੁਹਾਡੇ ਕੋਲ ਜਿਹੜੇ ਆਮ ਕੇਸ ਹੈ, ਉਹ ਜ਼ਿਆਦਾਤੌਰ ਕਿਸ ਕਿਸਮ ਦੇ ਆਉਂਦੇ ਨੇ? ਦੇਖੋ, ਸਾਡੇ ਕੋਲ ਸਿਵਲ ਮੈਟਰਸ ਵੀ ਹੈ। ਅੱਛਾ ਜੀ। ਕ੍ਰਿਮੀਨਲ ਮੈਟਰਸ ਵੀ ਨੇ, ਅਤੇ ਹੁਣ ਸਾਡੇ ਥੋੜ੍ਹਾ ਜਿਹਾ ਸਮਾਜ ਦਾ ਹੀ ਤਾਣਾ ਬਾਣਾ ਇੱਦਾਂ ਲੱਗਦਾ ਉਲਝਿਆ, ਕਿਉਂਕਿ ਮੈਂ ਇਸ ਪ੍ਰੋਫੈਸ਼ਨ ਦੇ ਵਿੱਚ ਪਿਛਲੇ 6-7 ਸਾਲਾਂ ਤੋਂ ਹੈਗਾ, ਅਤੇ ਮੈਂ ਦੇਖਦਾ ਕਿ ਸਾਡੇ ਮੈਟ੍ਰੀਮੋਨੀਅਲ ਡਿਸਪਿਊਟਸ ਨੇ ਜਿਹੜੇ, ਉਹ ਵੀ ਬੜੇ ਵੱਧ ਰਹੇ ਨੇ। ਪਤਾ ਨਹੀਂ ਕੀ, ਮਤਲਬ ਕੋਈ ਮੰਦਭਾਗੀ ਗੱਲ ਹੈ ਸਾਡੇ ਲੋਕਾਂ ਦੇ ਵਿੱਚ ਇਹ ਆ ਚੁੱਕੀ ਹੈ। ਇਸ ਕਰਕੇ ਮੇਰੇ, ਮੈਂ ਆਪ ਖੁਦ ਇਹਨਾਂ ਸਾਰੇ ਕੇਸਿਸ ਨੂੰ ਮਤਲਬ ਮੈਂ ਡੀਲ ਕਰਦਾ ਹਾਂ। ਹਾਂਜੀ, ਅਸੀਂ ਵੀ ਖਬਰਾਂ ਪੜ੍ਹਦੇ ਰਹਿੰਦੇ ਹਾਂ। ਬੜਾ ਦੁੱਖ ਹੁੰਦਾ ਹੈ ਜਦੋਂ ਆਪਾਂ ਇਹ ਗੱਲਾਂ ਦੇਖਦੇ ਹਾਂ ਕਿ ਸ਼ਾਦੀ ਹੋਈ ਅਤੇ ਸ਼ਾਦੀ 2 ਸਾਲ ਬਾਅਦ ਟੁੱਟ ਗਈ। ਖਾਸ ਤੌਰ 'ਤੇ NAR ਜਿਹੜੇ ਨੇ, ਉੱਥੋਂ ਲੜਕੀਆਂ ਨੂੰ ਵਿਆਹ ਕੇ ਲੈ ਆਉਂਦੇ ਨੇ, ਇੱਧਰ ਆ ਕੇ ਬੜੀ ਖੱਜਲ ਖਰਾਬੀ ਹੁੰਦੀ ਹੈ। ਜਾਂ ਲੜਕੀਆਂ ਵੀ ਇਸ ਕੰਮ ਦੇ ਵਿੱਚ, ਮੈਂ ਕਹਿੰਦਾ ਕਿ ਉਸੇ ਤਰੀਕੇ ਨਾਲ ਚੱਲਦੀਆਂ ਜਿਸ ਤਰੀਕੇ ਨਾਲ ਲੜਕਾ ਚੱਲਦਾ ਹੈ। ਤੁਹਾਡੇ ਕੀ ਵਿਊ ਨੇ, ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ, ਵੀ ਇਹ ਕੰਮ ਠੀਕ ਹੋ ਰਿਹਾ, ਸਮਾਜ ਨੂੰ ਇਹ ਕੋਈ ਚੰਗੀ ਗੱਲ ਲੱਗਦੀ ਹੈ, ਜਾਂ ਇਹ ਕੰਮ ਠੀਕ ਨਹੀਂ ਹੈਗਾ, ਇਹਦੀ ਜਾਂ ਕੋਈ ਰੋਕਥਾਮ ਹੈ? ਪਰਿਵਾਰਾਂ ਦਾ ਟੁੱਟਣਾ ਜਿਹੜਾ, ਇਹ ਬਹੁਤ ਹੀ ਮੰਦਭਾਗੀ ਘਟਨਾ, ਇਹ ਕਿਸੇ ਵੀ ਸਮਾਜ ਦੇ ਵਿੱਚ ਉਹ ਮਤਲਬ ਕਿ ਠੀਕ ਨਹੀਂ ਹੈ। ਖਾਸ ਤੌਰ 'ਤੇ ਗੱਲ ਇਹ ਹੈਗੀ ਹੈ ਕਿ ਅਜੋਕੇ ਸਮੇਂ ਦੇ ਵਿੱਚ ਸਾਡੇ ਲੋਕ ਜਿਹੜੇ ਥੋੜ੍ਹਾ ਜਿਹਾ ਪੂੰਜੀਵਾਦ ਵੱਲ ਜ਼ਿਆਦਾ ਉਹਨਾਂ ਦਾ ਧਿਆਨ ਕੇਂਦਰਿਤ ਹੋ ਗਿਆ। ਮਤਲਬ ਕਿ ਹਰੇਕ ਬੰਦਾ ਇਹ ਗੱਲ ਚਾਹੁੰਦਾ ਕਿ ਮੈਂ ਪੈਸੇ ਵਾਲਾ ਹੋਵਾਂ, ਠੀਕ, ਮੈਂ ਕੋਈ ਮਤਲਬ ਕਿ ਮੇਰਾ ਜਾਂ ਤਾਂ ਮੈਨੂੰ ਕੋਈ ਚੰਗੀ ਨੌਕਰੀ ਮਿਲ ਜਾਵੇ, ਹਾਂਜੀ, ਜਾਂ ਮੈਨੂੰ ਕੋਈ ਘਰ ਬਾਰ ਐਵੇਂ ਦਾ ਮਿਲ ਜਾਵੇ ਅਤੇ ਜਿਹਦੇ ਨਾਲ ਕਿ ਮਤਲਬ ਮੇਰਾ ਜਿਹੜਾ ਇਕਨੋਮਿਕ ਸਟੇਟਸ ਹੈ ਉਹ ਅੱਗੇ ਨਾਲੋਂ ਮਤਲਬ ਪਹਿਲਾਂ ਨਾਲੋਂ ਮੇਰਾ ਅਪਲਿਫਟ ਹੋਏ, ਜਿਹਦੇ ਕਰਕੇ ਕਿ ਲੋਕ ਨੇ ਜਿਹੜੇ ਉਹ ਹਰ ਤਰ੍ਹਾਂ ਦੇ ਚੀਜ਼ ਦੇ ਨਾਲ ਕੰਪਰੋਮਾਈਜ਼ ਕਰਨ ਨੂੰ ਉੱਥੇ ਤਿਆਰ ਬੈਠੇ ਹੈ, ਭਾਵੇਂ ਕਿਤੇ ਵੀ ਚਲੋ ਲਾ ਲਓ ਇਸ ਗੱਲ ਨੂੰ ਆਪਾਂ ਕਹੀਏ। ਇਹੀ ਮੁੱਖ ਕਾਰਨ ਹੈ ਕਿ ਜਿਹੜੇ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਇਹਨਾਂ ਨਵੀਂ ਅਜੋਕੀ ਪੀੜ੍ਹੀ ਦਾ ਮਤਲਬ ਕਿ ਇਹ ਰਿਸ਼ਤਿਆਂ ਦਾ ਟੁੱਟਣਾ ਜਿਹੜਾ ਇੱਕ ਆਮ ਜੀ ਗੱਲ ਹੈ ਜਿਹੜੀ ਹੁਣ ਬਣਦੀ ਜਾ ਰਹੀ ਹੈ। ਹੁਣ ਜਿੱਦਾਂ ਵੇਖਣ 'ਚ ਆਉਂਦਾ ਕਿ ਜਿਵੇਂ ਕੁਝ ਸਮਾਂ ਆ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਵਾਰਦਾਤਾਂ ਦਾ ਵੀ ਘੱਟ ਹੋਣਾ, ਜਾਂ ਕੇਸ ਜਿਹੜੇ ਆ ਉਹ ਵੀ ਬਹੁਤ ਘੱਟ ਕਚਹਿਰੀਆਂ 'ਚ ਜਾਣ ਡੈ ਪਏ ਸੀਗੇ, ਜਿਵੇਂ ਲੋਕ ਇਹ ਗੱਲ ਨੂੰ ਸਮਝਣ ਡੈ ਪਏ ਸੀਗੇ ਵੀ ਮਨੀ ਵੇਸਟ, ਹਾਂਜੀ, ਬਾਦਰੇਸ਼ਨ ਜ਼ਿਆਦਾ ਅਤੇ ਟਾਈਮ ਦੀ ਖਰਾਬੀ, ਕਿਸੇ ਪਿੰਡ 'ਚੋਂ ਉੱਠ ਕੇ ਸ਼ਹਿਰ ਕਚਹਿਰੀ ਦੇ ਵਿੱਚ ਤਰੀਕ ਭੁਗਤ ਜਾਣਾ। ਅਸੀਂ ਵੇਖਦੇ ਰਹੇ ਪੁਰਾਣੇ ਬਜ਼ੁਰਗਾਂ ਨੂੰ ਬੜਾ ਔਖਾ ਹੁੰਦਾ ਸੀਗਾ ਟਾਂਗਿਆਂ 'ਤੇ ਜਾਣਾ, ਖੱਜਲ ਖਰਾਬੀ।
ਤੁਹਾਡੇ ਖਿਆਲ 'ਚ ਕੀ ਹੈ ਕਿ ਉਸ ਸਮੇਂ ਨੂੰ ਲੈ ਕੇ ਹੁਣ ਸਮੇਂ ਦੇ ਦਰਮਿਆਨ ਕੋਈ ਕੇਸਾਂ ਦੇ ਵਿੱਚ ਵਾਧਾ ਹੋਇਆ ਜਾਂ ਘਾਟਾ ਹੋਇਆ? ਦੇਖੋ ਜੀ, ਪੱਖ ਦੋਵੇਂ ਹੀ ਨੇ। ਜੇ ਆਪਾਂ ਵੇਖੀਏ ਕਿੱਥੇ, ਮਤਲਬ ਪਹਿਲਾਂ ਲੋਕਾਂ ਦੇ ਵਿੱਚ ਈਗੋਇਜ਼ਮ ਇੰਨੀ ਨਹੀਂ ਸੀਗੀ। ਠੀਕ ਹੈ ਜੀ। ਲੋਕ ਜਿਹੜੇ ਆਪਣੇ ਝਗੜੇ ਨੇ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਬਹਿ ਕੇ ਸੁਲਝਾਉਣ ਨੂੰ ਮਹੱਤਤਾ ਦਿੰਦੇ ਸੀ। ਫਿਰ ਚਲੋ ਪੰਚਾਇਤਾਂ ਦੇ ਵਿੱਚ ਵੀ, ਮਤਲਬ ਕਿ ਕਈ ਜਿਹੜੇ ਵੱਡੇ ਵੱਡੇ ਡਿਸਪਿਊਟਸ ਵੀ ਨੇ ਜਿਹੜੇ ਉਹ ਵੀ ਸੋਰਟ ਆਊਟ ਹੋਏ ਨੇ। ਠੀਕ ਹੈ। ਹੁਣ ਲੋਕਾਂ ਦੇ ਥੋੜ੍ਹਾ ਜਿਹਾ ਈਗੋਇਜ਼ਮ ਜ਼ਿਆਦਾ ਹੋਣ ਕਰਕੇ, ਮਤਲਬ ਇਹ ਜਿਹੜੀਆਂ ਰਿਸ਼ਤੇਦਾਰੀਆਂ ਵਾਲੀਆਂ ਸੰਗਾਂ ਸ਼ਰਮਾਂ ਨੇ, ਉਹਨਾਂ ਦਾ ਮਤਲਬ ਹੁਣ ਉਹ ਹੱਦਾਂ ਬੰਨੇ ਜਿਹੜੀ ਉਹ ਟੱਪ ਗਈਆਂ, ਅਤੇ ਲੋਕ ਸਮਝਦੇ ਨੇ ਕਿ ਅਸੀਂ, ਮਤਲਬ ਕਿ ਜੇ ਉਹ ਨਹੀਂ ਥੱਲੇ ਹੁੰਦਾ ਤਾਂ ਮੈਂ ਵੀ ਥੱਲੇ ਨਹੀਂ, ਮਤਲਬ ਕਿ ਉਹਦੇ ਲੱਗਣਾ। ਇਹਦਾ ਮਤਲਬ ਵੀ ਲੋਕ ਕੰਪੀਟੀਸ਼ਨ 'ਚ ਆ, ਭਾਵੇਂ ਉਹ ਝਗੜੇ ਵਾਲੇ ਪਾਸੇ ਆ ਅਤੇ ਭਾਵੇਂ ਉਹ ਕਿਸੇ ਹੋਰ ਪਾਸੇ ਆ। ਬਸ ਜਿਹੜੀ ਗੱਲ ਹੈ ਕਿ ਆ, ਮਤਲਬ ਕਿ ਜੇ ਤੂੰ ਕੱਟਣੀ ਤਾਂ ਮੈਂ ਵੀ ਕੱਟਣਾ, ਇਹ ਜਿਹੜੀਆਂ ਚੀਜ਼ਾਂ ਨੇ ਪ੍ਰੋਬਲਮ ਕ੍ਰੀਏਟ ਕਰਦੀਆਂ ਉੱਥੇ। ਜਿਵੇਂ ਇਹ ਦੇਖਿਆ ਗਿਆ ਕਿ ਲੋਕਾਂ ਦਾ ਰੁਝੇਵ ਜਿਹੜਾ ਆ ਦੇਖੋ ਦੇਖੀ ਬੜਾ ਵੱਧ ਗਿਆ, ਵੀ ਅਸੀਂ ਬਾਹਰ ਚੱਲ ਜਾਈਏ, ਬਾਹਰ ਜਾ ਕੇ ਬੱਚਿਆਂ ਨੂੰ ਵੀ ਬਾਹਰ ਕਿਸੇ ਤਰੀਕੇ ਨਾਲ ਭੇਜ ਦਈਏ, ਜੇ ਕੋਈ ਜ਼ਿਮੀਂਦਾਰ ਆ ਛੋਟਾ ਜਾਂ ਵੱਡਾ ਆ ਉਹ ਪੈਸੇ ਵੀ ਖਰਚਦਾ, ਜ਼ਮੀਨ ਵੀ ਵੇਚਦਾ। ਔਰ ਤੁਸੀਂ ਕੀ ਸਮਝਦੇ ਹੋ ਕਿ ਉਹ ਜਿਹੜੇ ਲੋਕ ਬਾਹਰ ਆ ਕੇ ਪੜ੍ਹਾਈਆਂ ਕਰਕੇ ਕੁਝ ਤਾਂ ਲੋਕ ਸੈੱਟ ਹੋ ਜਾਂਦੇ ਆ, ਪਰ ਆ ਤੁਸੀਂ ਪਿਛਲੇ ਕੁਝ 1-2 ਸਾਲ ਤੋਂ ਦੇਖਦੇ ਹੋ ਵੀ ਕੈਨੇਡਾ ਦੇ ਵਿੱਚ ਹਾਂਜੀ ਕਿੰਨੇ ਸਟੂਡੈਂਟ ਜਿਹੜੇ ਆ ਉਹ ਇੱਥੇ ਪੜ੍ਹਨ ਵਾਸਤੇ ਆਏ ਆ, ਪਰ ਲੜਾਈ ਝਗੜੇ ਹੋ ਰਹੇ ਆ। ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਵੀ? ਇਹ ਦੇਖੋ ਜੀ, ਪਹਿਲੀ ਤਾਂ ਗੱਲ ਹੈ ਜਿਹੜੇ ਹੁਣ ਸਾਡੇ ਉੱਥੇ ਹਾਲਾਤ ਨੇ, ਆਰਥਿਕ ਹਾਲਾਤ ਨੇ ਜਿਹੜੇ ਉਹ ਬੜੇ ਨਾਜ਼ੁਕ ਦੌਰ ਦੇ ਵਿੱਚੋਂ ਗੁਜ਼ਰ ਰਹੇ ਸੀ। ਠੀਕ। ਬਹੁਤ ਮੈਂ ਕਹਿੰਦਾ ਜੀ, ਕੋਈ ਕਿਸਮਤ ਵਾਲਾ ਬੱਚਾ ਹੈ ਜਿਹੜਾ ਜਿਹਨੂੰ ਵਿਦੇਸ਼ ਦੇ ਵਿੱਚ ਆ ਕੇ ਪੜ੍ਹਾਈ ਕਰਨ ਦਾ ਮੌਕਾ ਮਿਲਦਾ। ਠੀਕ। ਅਤੇ ਮੇਰੀ ਵੀ ਉਹਨਾਂ ਨੂੰ, ਆਪਣੇ ਛੋਟੇ ਵੀਰ ਭਰਾਵਾਂ ਨੂੰ ਇਹੀ, ਮਤਲਬ ਕਿ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਇੱਕ ਆਪਣੇ ਆਪ ਨੂੰ ਬੜੇ ਕਿਸਮਤ ਵਾਲੇ ਸਮਝੋ ਕਿ ਤੁਸੀਂ ਇੱਕ ਬੜੇ ਅਗਾਂਹ ਵਧੂ ਸਮਾਜ ਜਾਂ ਕੈਨੇਡਾ ਅਮੈਰੀਕਾ ਕਿਤੇ ਵੀ ਤੁਸੀਂ ਆਪਣੀ ਵਿੱਦਿਆ ਜਿਹੜੀ ਉਚੇਰੀ ਵਿੱਦਿਆ ਹਾਸਲ ਕਰਨ ਜਾਂਦੇ ਹੋ। ਠੀਕ ਹੈ। ਇਹ ਔਰ ਚਾਹੀਦਾ ਤੁਹਾਨੂੰ ਕਿ ਜਿਸ ਮੰਤਵ ਵਾਸਤੇ ਤੁਸੀਂ ਉੱਥੇ ਆਏ ਹੋ ਤੁਹਾਡਾ ਪੂਰਨ ਤੌਰ 'ਤੇ ਜਿਹੜਾ ਤੁਹਾਡਾ ਧਿਆਨ ਹੈ ਉਸ ਆਪਣੇ ਉਸ ਚੀਜ਼ ਨੂੰ ਉੱਧਰ ਵੀ ਕੇਂਦਰਿਤ ਹੋਣਾ ਚਾਹੀਦਾ। ਠੀਕ ਹੈ। ਔਰ ਇਹ ਜਿਹੜੀ ਚੀਜ਼ ਹੈ ਇਹ ਨੋਟ ਓਨਲੀ ਕਿ ਤੁਹਾਨੂੰ ਇਫੈਕਟ ਕਰਦੀ ਹੈ, ਤੁਹਾਡੇ ਪਰਿਵਾਰ ਨੂੰ ਇਫੈਕਟ ਕਰਦੀ ਹੈ, ਮਾਂ ਬਾਪ ਨੇ ਜਿਹੜੇ ਉਹ ਵੀ ਬੜੇ ਦੁਖੀ ਹੁੰਦੇ ਨੇ ਜਦੋਂ ਉਹ ਇੱਦਾਂ ਦੀ ਕੋਈ, ਮਤਲਬ ਬੈਡ ਨਿਊਜ਼ ਜਿਹੜੀ ਹੈ ਉਹਨਾਂ ਨੂੰ ਸੁਣਨ ਤੱਕ ਉੱਥੇ ਜਾਂਦੀ ਹੈ। ਔਰ ਮੋਰ ਓਵਰ ਇਹ ਜਿਹੜਾ ਸਾਡੇ ਪਿੱਛੇ ਹੋਰ ਵੀ ਜਿਹੜੇ ਬੱਚੇ ਨੇ ਜਿਨ੍ਹਾਂ ਦੀ ਇਹ ਮੰਸ਼ਾ ਹੈ ਕਿ ਮੈਂ ਵੀ ਅੱਗੇ ਕੱਲ੍ਹ ਨੂੰ ਜਾ ਕੇ ਵਿਦੇਸ਼ ਪੜ੍ਹ ਜਾਣਾ, ਜਿਹੜੇ ਇਹ ਦੇਸ਼ ਹੈ ਕੋਈ ਵੀ ਹੈ, ਮਤਲਬ ਕਿ ਜੇ ਉਹ ਤੁਹਾਨੂੰ ਆਪਣੇ ਉੱਥੇ ਐਂਟਰੀ ਕਰਵਾ ਸਕਦੇ ਨੇ ਤਾਂ ਦੇ ਕੈਨ ਆਲਸੋ ਐਕਸਪੈਲ ਯੂ ਫਰੋਮ ਦੈਟ ਵੈਰੀ ਕੰਟਰੀ। ਇਹ ਮਤਲਬ ਮੈਂ ਤਾਂ ਇਹ ਗੱਲ ਕਹਾਂਗਾ ਕਿ ਪੜ੍ਹਾਈ ਹੈ ਜਿਹੜੀ ਇੱਕ ਉਮਰ ਇੱਦਾਂ ਦੀ ਹੈ ਕਿ ਇਹੀ ਤੁਹਾਡਾ ਭਵਿੱਖ ਸਵਾਰਨ ਦੀ ਉਮਰ ਹੈ, ਇਹ ਥੋੜ੍ਹਾ ਜਿਹਾ ਸਮਾਂ ਹੁੰਦਾ, ਇਹਦੇ ਵਿੱਚ ਤੁਸੀਂ ਆਪਣਾ ਬਣਾ ਲਿਆ ਤਾਂ ਤੁਸੀਂ ਤੁਹਾਡੀ ਜ਼ਿੰਦਗੀ ਹੈ ਜਿਹੜੀ ਬਹੁਤ ਹੀ ਇੱਕ ਸ਼ਾਂਤਮਈ ਔਰ ਬਹੁਤ ਹੀ ਵਧੀਆ ਹੋਏਗੀ। ਜੇ ਇਹੀ ਚੀਜ਼ ਤੁਸੀਂ ਗਵਾ ਲਈ ਤਾਂ ਇਹ ਮੌਕਾ ਜ਼ਿੰਦਗੀ ਨੇ ਤੁਹਾਨੂੰ ਦੁਬਾਰਾ ਨਹੀਂ ਕਰਨਾ। ਗੱਲਾਂ ਦਾ ਸਿਲਸਿਲਾ ਦੋਸਤੋ ਇੱਦਾਂ ਹੀ ਜਾਰੀ ਰਹੇਗਾ ਔਰ ਬੜੀਆਂ ਸੋਹਣੀਆਂ ਇਹਨਾਂ ਨੇ ਮਿਸਾਲਾਂ ਦੇ ਕੇ ਗੱਲਾਂ ਨੂੰ, ਇਸ ਗੱਲਾਂ ਦੇ ਕਾਫਲੇ ਨੂੰ ਅੱਗੇ ਵਧਾਇਆ ਔਰ ਵਧਦਾ ਰਹੇਗਾ। ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। Vijay Taneja of Elite Bollywood Entertainment Inc. and Velocity Commercial Investments Inc. present Dabang, the tour reloaded. Swagat hai karoge. I'm Salman Khan. Hi everyone, this is Katrina Kaif. See me live 6 July, Washington. At the Capital One Arena. But is baar zara swag ke saath. Hi, my name is Kuldeep Gill. I'm broker of Sky Realty. The reason we are so successful because client trust us. I've been doing this my whole life. My team is my wife, my office manager and my agents. We look forward to earn your business and we do speak your language. Thank you. Thank you.
ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਹੈ ਮਾਈ ਟੀਵੀ ਸਟੂਡੀਓ ਦੇ ਵਿੱਚ। ਸਾਡੇ ਨਾਲ ਨੇ ਐਡਵੋਕੇਟ ਗੁਰਸੇਵਕ ਸਿੰਘ ਜੀ, ਜੋ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪੰਜਾਬ ਤੋਂ ਆਏ ਨੇ। ਇਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਇੱਦਾਂ ਜਾਰੀ ਰਹੇਗਾ। ਔਰ ਮੈਂ ਤੁਹਾਨੂੰ ਵਕੀਲ ਸਾਹਿਬ ਦੁਬਾਰਾ ਇਹ ਗੱਲ ਪੁੱਛਣੀ ਚਾਹੁੰਦਾ, ਜਿੱਦਾਂ ਆਪਾਂ ਗੱਲ ਛੱਡੀ ਸੀਗੀ ਕਿ ਪੰਜਾਬ ਤੋਂ ਸਟੂਡੈਂਟ ਬਾਹਰ ਆਉਂਦੇ ਨੇ, ਆ ਕੇ ਲੜਾਈ ਝਗੜੇ ਕਰਦੇ ਨੇ, ਔਰ ਜੇ ਦੇਖਿਆ ਜਾਏ ਤਾਂ ਜਿਹੜੇ ਬੱਚੇ ਪੜ੍ਹਨ ਵਾਲੇ ਨੇ ਉਹਨਾਂ ਨੂੰ ਉੱਥੇ ਵੀ ਬੜੀ ਓਪਰਚੁਨਿਟੀ ਹੈ, ਉਹ ਕਿਉਂ ਇੱਧਰ ਨੂੰ ਭੱਜਦੇ ਨੇ, ਉਹਦਾ ਕੀ ਕਾਰਨ ਹੈ ਮੇਨ? ਦੇਖੋ, ਪੜ੍ਹਾਈ ਦੇ ਵਿੱਚ ਓਪਰਚੁਨਿਟੀਜ਼ ਉੱਥੇ ਕਾਫੀ ਨੇ, ਇਹਦੇ ਵਿੱਚ ਕੋਈ ਦੋ ਰਹਿਆਂ ਨਹੀਂ ਹੈ। ਹਾਂਜੀ, ਪਰ ਉਸ ਤੋਂ ਬਾਅਦ ਜਿਹੜਾ ਥੋੜ੍ਹਾ ਜਿਹਾ ਬੱਚੇ ਨੂੰ ਐਸਟੈਬਲਿਸ਼ ਹੋਣ ਵਾਸਤੇ ਉੱਥੇ ਬੜਾ ਸੰਘਰਸ਼ ਕਰਨਾ ਪੈਂਦਾ ਹੈ ਕਿ ਇੱਕ ਚੰਗਾ ਪੜ੍ਹਿਆ ਲਿਖਿਆ ਜਿਹੜਾ ਨੌਜਵਾਨ ਹੈ ਸਾਡਾ ਉੱਥੇ, ਉਹ ਵੀ ਕਈ ਵਾਰੀ ਮਤਲਬ ਕਿ ਕਿਸੇ ਚੰਗੀ ਨੌਕਰੀ ਦਾ ਮਤਲਬ ਮੁਹਤਾਜ ਹੈ ਇਹ ਚੀਜ਼ ਨੂੰ, ਮਤਲਬ ਉਹ ਉੱਥੇ ਬੜੀ ਇਸ ਚੀਜ਼ ਦੀ ਸ਼ੋਰਟੇਜ ਹੈ ਜਿਹਨੂੰ ਆਪਾਂ ਅਨਇੰਪਲੋਇਮੈਂਟ ਕਹਿੰਦੇ ਹਾਂ। ਜੀ ਜੀ, ਅਤੇ ਇਹ ਜਿਹੜੀ ਚੀਜ਼ ਹੈ ਇਹ ਇੱਥੇ ਆ ਕੇ ਮਤਲਬ ਸਾਡੇ ਲੋਕਾਂ ਨੂੰ ਜਾਂ ਸਾਡੇ ਬੱਚਿਆਂ ਨੂੰ ਲੱਗਦੀ ਹੈ ਕਿ ਵਿਦੇਸ਼ ਦੇ ਵਿੱਚ ਜਾ ਕੇ ਮੈਂ ਵਿਦੇਸ਼ ਦੇ ਵਿੱਚ ਉੱਥੇ ਪੜ੍ਹਾਈ ਕਰਕੇ ਅਤੇ ਉੱਥੇ ਮਤਲਬ ਮੈਂ ਇੱਕ ਚੰਗੀ ਜੋਬ ਹੈ ਜਿਹੜੀ ਉੱਥੇ ਪ੍ਰਾਪਤ ਕਰ ਸਕਦਾ, ਔਰ ਜੇ ਮੈਂ ਵਿਦੇਸ਼ ਦੇ ਵਿੱਚ ਪੜ੍ਹ ਕੇ ਵਾਪਸ ਆ ਕੇ ਇੰਡੀਆ ਦੇ ਵਿੱਚ ਵੀ ਚੰਗੀ ਜੋਬ ਪ੍ਰਾਪਤ ਕਰ ਸਕਦਾ। ਮੇਨ ਤਾਂ ਜਿਹੜਾ ਉਹਨਾਂ ਦਾ ਉੱਥੇ ਇੱਥੇ ਆਉਣ ਦਾ ਮਕਸਦ ਇਹੀ ਹੈ। ਨਹੀਂ ਉਹ ਠੀਕ ਹੈ, ਪਰ ਇੱਥੇ ਆ ਕੇ ਜਿਹੜਾ ਆਪਾਂ ਗਲਤ ਰਾਹ ਪੈ ਜਾਂਦੇ ਹਾਂ, ਦੇਖੋ ਉਹ ਤਾਂ ਬੜੀਆਂ ਮੰਦਭਾਗੀ ਘਟਨਾ, ਔਰ ਮੈਂ ਇਹ ਵੀ ਸਮਝਦਾ ਵੀ ਜਿਹੜੇ ਲੋਕ ਜਿਹੜੇ ਬੱਚੇ ਇਹ ਕੰਮ ਕਰਦੇ ਆ ਉਹ ਬੜੇ ਬਦਕਿਸਮਤ ਨੇ, ਮੈਂ ਤਾਂ ਇਹੀ ਕਹਾਂਗਾ, ਕਿਉਂਕਿ ਐਡਾ ਵਧੀਆ ਤੁਹਾਨੂੰ ਜ਼ਿੰਦਗੀ ਨੇ, ਤੁਹਾਨੂੰ ਤੁਹਾਡੇ ਮਾਪਿਆਂ ਨੇ ਮੌਕਾ ਦਿੱਤਾ, ਕਿਉਂਕਿ ਬਹੁਤਿਆਂ ਨੂੰ ਇਹ ਮੌਕਾ ਮਿਲਦਾ ਹੀ ਨਹੀਂ, ਬਹੁਤ ਚੁਣਿੰਦਾ ਹੁੰਦੇ ਆ ਜਿਹੜੇ ਇਹ ਇਹਨਾਂ ਨੂੰ ਜਿਹਨਾਂ ਨੂੰ ਇਹ ਇੱਦਾਂ ਪੜ੍ਹਾਈ ਕਰਨਾ। ਵਕੀਲ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਜੇ ਲੋਕ ਬਾਹਰ ਆਉਣ ਨੂੰ ਭੱਜਦੇ ਨੇ, ਤਰਲੇ ਲੈਂਦੇ ਨੇ, ਜੇ ਬਾਹਰ ਆਉਂਦੇ ਆ ਤਾਂ ਉਸ ਮੌਕੇ ਨੂੰ ਉਹ ਸਾਂਭ ਨਹੀਂ ਸਕਦੇ। ਦੋਸਤੋ, ਮੈਂ ਵੀ ਇਹ ਗੱਲ ਕਹਾਂਗਾ ਵੀ ਜੇ ਤੁਸੀਂ ਬਾਹਰ ਆਏ ਹੋ, ਬਾਹਰ ਆ ਕੇ ਜੇ ਤੁਸੀਂ ਆਪਣੇ ਭਵਿੱਖ ਨੂੰ ਬਣਾ ਨਹੀਂ ਸਕਦੇ ਤਾਂ ਉਹ ਫਾਇਦਾ ਕੋਈ ਨਹੀਂ। ਜਿਨ੍ਹਾਂ ਮਾਪਿਆਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਪੈਸੇ ਹਧਾਰੇ ਚੁੱਕ ਕੇ ਤੁਹਾਨੂੰ ਬਾਹਰ ਭੇਜਿਆ, ਉਹਨਾਂ ਨਾਲ ਕੁਝ ਧਿਆਨ ਕਰ ਲਓ। ਅਗਰ ਅੱਜ ਤੁਸੀਂ ਇੱਥੋਂ ਡਿਪੋਰਟ ਹੋ ਜਾਂਦੇ ਹੋ, ਉਹਨਾਂ ਦੇ ਦਿਲ 'ਤੇ ਕੀ ਬੀਤੇਗੀ? ਅੱਜ ਤੁਸੀਂ ਜੇਲ੍ਹ 'ਚ ਜਾ ਚਲੇ ਜਾਂਦੇ ਹੋ ਲੜਾਈ ਝਗੜੇ ਕਰਕੇ, ਉਹਨਾਂ ਮਾਪਿਆਂ ਨੂੰ ਸਹਾਰਾ ਦੇਣ ਵਾਲਾ ਕੌਣ ਆ? ਜੇ ਉਹਨਾਂ ਨੇ ਆਪਣੇ ਸਹਾਰੇ ਬਾਹਰ ਤੁਹਾਨੂੰ ਭੇਜ ਦਿੱਤਾ ਪੜ੍ਹਾਈ ਕਰਨ ਵਾਸਤੇ, ਤੁਸੀਂ ਇੱਥੇ ਸੈੱਟ ਹੋ। ਔਰ ਉਸ ਤੋਂ ਬਾਅਦ ਜੇ ਆਪਾਂ ਇਹ ਗੱਲ ਵੀ ਕਹੀਏ, ਇਹਦੇ 'ਚ ਕੋਈ ਅਤਕਥਨੀ ਨਹੀਂ ਹੈ ਕਿ ਜਦੋਂ ਉਹਨਾਂ ਨੇ ਤੁਹਾਨੂੰ ਤਿਲਫੁਲ ਦੇ ਕੇ ਇੱਥੇ ਭੇਜ ਦਿੱਤਾ, ਜੇ ਤੁਸੀਂ ਇੱਥੇ ਤੁਸੀਂ ਆਪਣਾ ਜਿਹੜਾ ਭਵਿੱਖ ਹੈ ਨਹੀਂ ਸਵਾਰ ਸਕਦੇ, ਅਤੇ ਜੇ ਇੱਥੋਂ ਚਲੇ ਜਾਓਗੇ ਤਾਂ ਫਿਰ ਪਿੱਛੇ ਤੁਹਾਡੇ ਕੋਲ ਹੈ ਵੀ ਕੀ ਹੈ, ਕਿਹਦੇ ਕੀ ਤੁਹਾਡੇ ਕੋਲ ਕੋਈ ਉੱਥੇ ਰੁਜ਼ਗਾਰ ਨਹੀਂ ਰਹਿ ਜਾਣਾ, ਕਿ ਕੋਈ ਤੁਹਾਡੇ ਕੋਲ ਮਤਲਬ ਇੱਦਾਂ ਦਾ ਕੋਈ ਸਾਧਨ ਨਹੀਂ ਹੈ ਕਿ ਜਿਹਦੇ ਨਾਲ ਤੁਸੀਂ ਆਪਣਾ ਵਧੀਆ ਗੁਜ਼ਾਰਾ ਕਰ ਸਕੋ। ਵਕੀਲ ਸਾਹਿਬ, ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਸੀਗਾ ਕਿ ਜਿਵੇਂ ਪੰਜਾਬ ਦੇ ਵਿੱਚ ਕੀ ਸਾਰੇ ਹਿੰਦੁਸਤਾਨ 'ਚ ਹੀ ਜਿੱਦਾਂ ਰਾਜਨੀਤਿਕ ਪੱਖ ਜਿਹੜਾ ਭਰੂ ਆ, ਜੀ ਹਾਂਜੀ, ਕੋਈ ਬੰਦਾ ਕ੍ਰਾਈਮ ਕਰਦਾ ਜੀ, ਉਹ ਫੜਿਆ ਜਾਂਦਾ ਜੀ, 100% ਜਿਹੜਾ ਆ ਉਹਦੇ 'ਤੇ ਜਿਹੜੀਆਂ ਧਾਰਾਂ ਨੇ ਲੱਗ ਜਾਂਦੀਆਂ, ਔਰ ਇਹ ਪਤਾ ਆ ਕਿ ਬੰਦਾ ਵਾਕਿਆ ਦੋਸ਼ੀ ਆ, ਇਹ ਸਜ਼ਾ ਦਾ ਹੱਕਦਾਰ ਆ ਜੀ, ਉਹਦੇ ਉੱਤੇ ਇੱਕ ਸਿਆਸੀ ਦਬਾਅ ਬਣਾ ਕੇ ਉਸ ਬੰਦੇ ਨੂੰ ਬਾਹਰ ਕੱਢ ਲਿਆ ਜਾਂਦਾ ਜਦੋਂ ਮੱਖਣ 'ਚੋਂ ਵਾਲ ਆ ਜੀ, ਕੁਝ ਸਮੇਂ ਬਾਅਦ ਜਾਂ ਕੋਈ ਰਿੱਟ ਹੋ ਜਾਂਦੀ ਹੈ, ਜੇ ਕੋਈ ਪੀਰ ਹੋ ਜਾਂਦੀ ਆ, ਉਸ ਬੰਦੇ ਨੂੰ ਫਿਰ ਕਾਨੂੰਨ ਦੇ ਕਟਹਿਰੇ 'ਚ ਖੜ੍ਹਾ ਹੋਣਾ ਪੈਂਦਾ, ਔਰ ਫਿਰ ਉਹਦੇ 'ਤੇ ਉਹੀ ਧਾਰਾਂ ਲੱਗਦੀਆਂ ਨੇ, 100% ਉਹ ਦੋਸ਼ੀ ਪਾਇਆ ਜਾਂਦਾ, ਉਹ ਸਜ਼ਾ ਮੁਤਾਬਕ ਜੇਲ੍ਹ 'ਚ ਚਲਾ ਜਾਂਦਾ। ਕੀ ਹਿੰਦੁਸਤਾਨ ਦੇ ਵਿੱਚ ਕੋਈ ਐਸਾ ਕਾਨੂੰਨ ਹੈ ਜਾਂ ਕੋਈ ਐਸਾ ਕਾਨੂੰਨ ਬਣੇਗਾ ਕਿ ਉਹ ਬੰਦਾ ਤਾਂ ਦੋਸ਼ੀ ਸੀਗਾ, ਦੋਸ਼ ਸਾਬਤ ਹੋ ਗਏ, ਉਹ ਜੇਲ੍ਹ 'ਚ ਚਲਾ ਗਿਆ, ਜਿਹੜਾ ਪਹਿਲਾਂ ਸਿਆਸੀ ਬੰਦਾ ਉਹਨੂੰ ਛਡਾਉਣ ਦੀ ਕੋਸ਼ਿਸ਼ ਕਰਦਾ ਔਰ ਉਹਨੂੰ ਬਾਹਰ ਕੱਢ ਕੇ ਲੈ ਗਿਆ, ਉਹਦੇ 'ਤੇ ਕੋਈ ਧਾਰਾ ਲੱਗ ਸਕਦੀਆਂ ਨੇ ਕਿ ਕੋਈ ਐਸਾ ਕਾਨੂੰਨ ਹੈ ਕਿ ਬੰਦਾ ਉਹ ਵੀ ਜਿਹੜਾ ਆ ਸਜ਼ਾ ਦਾ ਹੱਕਦਾਰ ਹੈ, ਜਿਹਨੇ ਉਸ ਸਜ਼ਾ ਨੂੰ ਜਿਸ ਬੰਦੇ ਨੂੰ ਸਜ਼ਾ ਹੋਈ ਹੈ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਕੋਈ ਐਸਾ ਕਾਨੂੰਨ ਹੈ ਜਾਂ ਬਣੇ ਜਾਂ ਬਣਨਾ ਚਾਹੀਦਾ? ਦੇਖੋ ਜੀ, ਕਾਨੂੰਨ ਹੈਗਾ ਵੀ ਹੈ। ਅੱਛਾ ਜੀ, ਅਤੇ ਜਿਹੜੇ ਸਾਡਾ ਉੱਥੇ ਜੁਡੀਸ਼ਰੀ ਸਿਸਟਮ ਹੈ ਉਹ ਮਤਲਬ ਇਹ ਹੈ ਕਿ ਰਾਜਨੀਤਿਕ ਪੱਖ ਤੋਂ ਮਤਲਬ ਬਿਲਕੁਲ ਪਰੇ ਹੈ। ਅੱਜ ਜੇ ਅਸੀਂ ਕਹੀਏ ਕਿ ਥੋੜ੍ਹਾ ਜਿਹਾ ਇਹ ਹੈ ਵੀ ਹਾਲਾਤ ਠੀਕ ਹੈ ਉੱਥੇ, ਮਾੜੇ ਜਿਹੇ ਹੋਏ ਨੇ, ਗਲਤ ਹੋਏ ਨੇ, ਅਤੇ ਮੇਨਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜਾ ਕੋਈ ਇੱਦਾਂ ਕਿਸੇ ਨੂੰ ਮਤਲਬ ਮਦਦ ਕਰਦਾ ਕਿਸੇ ਦੀ,
ਤੇ ਉਹ ਖੁਦ ਮਤਲਬ ਉਹ ਸਜ਼ਾ ਯਾਫਤਾ ਕਿਉਂ ਨਹੀਂ ਹੁੰਦਾ ਹੈਗਾ ਬੰਦਾ। ਗੱਲ ਇਹ ਹੈ ਕਿ ਮੇਨਲੀ ਜਦੋਂ ਇੱਦਾਂ ਕੋਈ ਇਹਨੂੰ ਪੋਲੀਟੀਕਲ ਕਹਿ ਦਿਉ ਜਾਂ ਕੋਈ ਪਾਵਰਫੁਲ ਬੰਦਾ ਕਿਸੇ ਨੂੰ ਮਤਲਬ ਇਹਦਾ ਸਪੋਰਟ ਕਰਦਾ, ਪਹਿਲਾਂ ਤਾਂ ਉਹ ਵੱਡੀ ਗੱਲ ਹੈ ਕਿ ਉਹ ਪਰਦੇ ਦੇ ਪਿੱਛੇ ਰਹਿ ਕੇ ਗੱਲ ਕੰਮ ਕਰੇਗਾ, ਸ਼ਰਿਆਂ ਤਾਂ ਮਤਲਬ ਮੇਨਲੀ ਗੱਲ ਇੱਥੇ ਹੀ ਆ ਜਾਂਦੀ ਹੈ ਕਿ ਕਮਜ਼ੋਰੀ ਜਿੱਥੇ ਜਾ ਕੇ ਫਾਲ ਕਰਦੀ ਹੈ ਉਹ ਇਹ ਹੈ ਕਿ ਸਾਨੂੰ ਉਸ ਬੰਦੇ ਨੂੰ ਫੜਨ ਵਾਸਤੇ ਸਾਡੇ ਕੋਲ ਪ੍ਰਿਆਪਤ ਸਬੂਤ ਹੀ ਨਹੀਂ ਹੈਗੇ ਕਿ ਇਹ ਬੰਦੇ ਨੇ ਕੋਈ ਪਰਟੀਕੁਲਰ ਇਸ ਬੰਦੇ ਨੇ ਇਹ ਕ੍ਰਿਮੀਨਲ ਦੀ ਮਦਦ ਕੀਤੀ ਹੈ। ਹਾਂਜੀ ਹਾਂਜੀ ਬਿਲਕੁਲ ਸਹੀ, ਇਹੀ ਮਤਲਬ ਮੇਨ ਕਾਰਨ ਹੈ ਕਿ ਜਿਹੜਾ ਅਸਲ ਦੇ ਵਿੱਚ ਉਹ ਭਾਵੇਂ ਕਿ ਉਹ ਬੰਦਾ ਜਿਹੜਾ ਉਹ ਲਾਈਕ ਆਪਾਂ ਕਹਿ ਦਈਏ ਕਿ ਉਹਨੇ ਕੋਈ ਕ੍ਰਾਈਮ ਕੀਤਾ ਆ ਜਾਂ ਮਤਲਬ ਕਿ ਉਹ ਉਸ ਕ੍ਰਾਈਮ ਦੇ ਵਿੱਚੋਂ ਕਿਸ ਤਰੀਕੇ ਨਾਲ ਬਚਿਆ ਹੈ, ਜਿਹੜਾ ਮਗਰ ਸਿਆਸਤਦਾਨ ਉਹਦੀ ਮਦਦ ਕਰਦਾ ਪਿਆ, ਉਹ ਸਿਆਸਤਦਾਨ ਦੇ ਜਾਂ ਕੋਈ ਇੱਦਾਂ ਦੇ ਕਿਸੇ ਪਾਵਰਫੁਲ ਪਰਸਨ ਦੇ ਖਿਲਾਫ਼ ਜੇ ਕੋਈ ਸਬੂਤ ਹੋਣ ਤਾਂ ਜਿਹੜੀ ਕੋਰਟ ਕਚਹਿਰੀਆਂ ਆ ਉਹਨਾਂ ਕੋਲ ਪਾਵਰ ਹੈ ਕਿ ਉਹ ਬੰਦੇ ਨੂੰ ਮਤਲਬ ਕਿ ਪੂਰੀ ਤਰ੍ਹਾਂ ਉਹ ਅਕੋਰਡਿੰਗ ਟੂ ਲਾਅ ਟ੍ਰੀਟ ਕਰਨ ਉਹਨੂੰ। ਹਾਂ, ਦੂਜਾ ਪੱਖ ਇਹ ਆ ਜਿਵੇਂ ਪੰਜਾਬ ਦੇ ਵਿੱਚ ਹੁਣ ਕਹਿ ਦਿੰਦੇ ਹਾਂ ਕਿ ਗੈਂਗਵਾਰ ਬਹੁਤ ਹੈ। ਹਾਂਜੀ, ਤੁਸੀਂ ਇਸ ਦੇ ਬਾਰੇ ਕਿਉਂਕਿ ਤੁਹਾਡੇ ਕੋਲ ਕੇਸ ਵੀ ਕਈ ਆਉਂਦੇ ਹੋਣਗੇ, ਤੁਸੀਂ ਦੇਖਦੇ ਵੀ ਹੋ, ਅਸੀਂ ਵੀ ਖਬਰਾਂ ਪੜ੍ਹਦੇ ਰਹਿੰਦੇ ਹਾਂ ਇੱਥੇ, ਉਹ ਗੈਂਗਵਾਰ ਜਿਹੜੀ ਹੈ ਜਾਂ ਗੈਂਗਿਸਟ ਬੜੇ ਬਣਦੇ ਆ ਉਹਦਾ ਕਾਰਨ ਕੀ ਆ ਕਿ ਮੁੰਡਿਆਂ ਦਾ ਰੁਝਾਨ ਜਿਹੜਾ ਉਸ ਪਾਸੇ ਨੂੰ ਹੋ ਗਿਆ? ਦੇਖੋ ਜੀ, ਸਭ ਤੋਂ ਵੱਡੀ ਹੈ ਜਿਹੜੀ ਗੱਲ ਉਹ ਇੱਕ ਵੱਧਦੀ ਆਬਾਦੀ ਅਤੇ ਜਿਹੜੀ ਸਾਡੀ ਉੱਥੇ ਇੱਕ ਉਹ ਹੈ ਨਾ ਅਨਇੰਪਲੋਇਮੈਂਟ, ਜਿਹਨੂੰ ਬੇਰੁਜ਼ਗਾਰੀ ਕਹਿ ਦਿੰਦੇ ਆ। ਬਿਲਕੁਲ, ਇਹ ਸਾਰੀਆਂ ਬਿਮਾਰੀਆਂ ਜਾਂ ਸਾਰੇ ਪ੍ਰੋਬਲਮ ਜੋ ਵੀ ਉੱਥੇ ਸਮੱਸਿਆਵਾਂ ਨੇ ਉਹਦੀ ਉਹਨਾਂ ਦੀ ਮਾਂ ਹੈ, ਚੀਜ਼ ਕੋਈ ਉਹ ਨਹੀਂ ਹੈ। ਕਿਤੇ ਤੁਹਾਡੇ ਕੋਲ ਪਲੇਸਮੈਂਟਸ ਲਈ ਪਲੇਸਮੈਂਟਸ ਕਾਫੀ ਨੇ ਤੁਹਾਡੀਆਂ, ਬੱਚੇ ਪੜ੍ਹ ਰਹੇ ਨੇ, ਪੜ੍ਹਨ ਤੋਂ ਬਾਅਦ ਦੇਖੋ ਅੱਜ ਕਿਸੇ ਵੀ ਕੰਟਰੀ ਦੇ ਵਿੱਚ ਲਾ ਲਓ, ਚਲੋ ਆਪਣੇ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ, ਇੰਡੀਆ ਦੀ ਗੱਲ ਕਰਦੇ ਹਾਂ, ਬਿਲਕੁਲ ਜੀ, ਪੜ੍ਹਾਈ ਕਰਨੀ ਔਰ ਪੜ੍ਹਾਈ ਦਾ ਖਰਚਾ ਅਫੋਰਡ ਕਰਨਾ ਬੜਾ ਮੁਸ਼ਕਲ ਹੈ। ਬੜਾ ਮੁਸ਼ਕਲ ਹੈ ਜੀ, ਬੜਾ ਮੁਸ਼ਕਲ ਹੈ। ਔਰ ਪੜ੍ਹਾਈ ਕਰਕੇ ਵੀ ਜਦੋਂ ਕਿਸੇ ਨੂੰ ਉਹਦੇ ਪੜ੍ਹਾਈ ਦੇ ਅਨੁਸਾਰ ਜਦੋਂ ਉਹਨੂੰ ਨੌਕਰੀ ਨਹੀਂ ਮਿਲਦੀ ਹੈ ਤਾਂ ਉਹ ਬੰਦਾ ਜਿਹੜਾ ਫਰਸਟ੍ਰੇਟ ਹੋ ਜਾਂਦਾ, ਉਹ ਜਾਂ ਤਾਂ ਫਿਰ ਇੱਦਾਂ ਦੇ ਕੋਈ ਮਤਲਬ ਗੈਰ ਕਾਨੂੰਨੀ ਜਿਹੜੇ ਸਰ ਅੰਜਾਮ ਹੈ ਇਹਨਾਂ ਇੱਧਰ ਆਪਣਾ ਇੰਟਰਸਟ ਉਹ ਵਧਾ ਲੈਂਦਾ, ਜਾਂ ਫਿਰ ਉਹ ਇਸ ਫਰਸਟ੍ਰੇਸ਼ਨ ਦੇ ਵਿੱਚ ਕੀ ਹੈ ਕਿ ਨਸ਼ੇਦਾਦੀ ਹੋ ਜਾਂਦਾ, ਠੀਕ ਹੈ ਨਾ ਜੀ। ਇਹੀ ਕਾਰਨ ਹੈ ਕਿ ਜਿਹੜੀਆਂ ਮਤਲਬ ਇਹ ਸਾਡੇ ਉੱਥੇ ਸਮੱਸਿਆਵਾਂ ਨੇ, ਇਹਨੂੰ ਗੈਂਗਵਾਰ ਕਹਿ ਲਓ ਜਾਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਜਿੱਦਾਂ ਡਰਗ ਐਡਿਕਟ ਉੱਥੇ ਹੋ ਰਹੇ ਹਨ ਸਾਡੇ ਨੌਜਵਾਨ ਨੇ ਜਿਹੜੇ, ਮੇਨ ਤਾਂ ਕਾਰਨ ਇਹੀ। ਦੇਖੋ ਜੀ, ਉਹ ਜਿਵੇਂ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਗੈਂਗਵਾਰ ਜਿਹੜੇ ਗੈਂਗਸਟ ਬਣਦੇ ਨੇ ਉਹਨਾਂ ਪਿੱਛੇ ਵੀ ਕੋਈ ਸਿਆਸੀ ਰਾਜਿਆਂ ਦਾ ਹੱਥ ਹੈ, ਇਹ ਬਿਲਕੁਲ ਗੱਲ ਸਹੀ ਹੈ ਕਿ ਤਾਂ ਇਹ ਬੁਝਾਰਤਾ ਹੀ ਨਹੀਂ? ਬਿਲਕੁਲ ਜੀ, ਕਿਤੇ ਨਾ ਕਿਤੇ ਤਾਂ ਮਤਲਬ ਜਿਹੜੇ ਆ ਇਹਨਾਂ ਤੋਂ ਕੋਈ ਗੈਰ ਕਾਨੂੰਨੀ ਕੰਮ ਹੈ ਜਿਹੜੇ, ਉਹੀ ਗੱਲ ਆ ਗਈ ਕਿ ਫਾਇਦਾ ਮੇਰਾ ਅਤੇ ਉਹ ਆਪਣਾ ਕਰਵਾ ਮੈਂ ਕਿਸੇ ਤੋਂ ਲਵਾਂ, ਵੀ ਜਿਵੇਂ ਲਾ ਲਓ ਵੀ ਕਿਸੇ ਦੇ ਮੋਢੇ 'ਤੇ ਧੱਕੇ ਆਪਾਂ ਚਲਾਉਣ ਵਾਲੀ ਗੱਲ ਹੋ ਜਾਂਦੀ ਹੈ। ਬਿਲਕੁਲ ਜੀ, ਜਿਵੇਂ ਕੋਈ ਅੱਕਤ ਨਹੀਂ ਹੈ। ਤੁਸੀਂ ਦੱਸਿਆ ਕਿ ਕਈ ਥਾਵਾਂ ਐਸੀਆਂ ਹੈਗੀਆਂ ਨੇ ਜਿੱਥੇ ਸਿਆਸੀ ਲੋਕ ਵੀ ਆਪਣਾ ਉੱਲੂ ਸਿੱਧਾ ਰੱਖਣ ਵਾਸਤੇ ਕਿਸੇ ਨੂੰ ਯੂਜ਼ ਕਰ ਜਾਂਦੇ ਨੇ। ਮੈਂ ਤਾਂ ਇਹ ਵੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਹਨਾਂ ਚੀਜ਼ਾਂ ਤੋਂ ਬਿਲਕੁਲ ਬਚਣਾ ਚਾਹੀਦਾ ਆ, ਔਰ ਪੰਜਾਬ ਨੂੰ ਹਿੰਦੁਸਤਾਨ ਨੂੰ ਜੇ ਸਾਫ਼ ਸੁਥਰਾ ਰੱਖਣਾ ਤਾਂ ਠੀਕ ਹੈ, ਰਾਜਨੀਤੀ ਕੋਈ ਮਾੜੀ ਗੱਲ ਨਹੀਂ ਕਰਨੀ, ਪਰ ਰਾਜਨੀਤੀ ਸੱਚੀ ਸੁੱਚੀ ਹੋਣੀ ਚਾਹੀਦੀ ਹੈ। ਔਰ ਦੇਖੋ ਗੱਲ ਇਹ ਆ, ਤੁਸੀਂ ਅਮਰੀਕਾ 'ਚ ਆਏ ਹੋ, ਇੱਕ 'ਚ ਦੇਖਦੇ ਹੋ ਉਹ ਟ੍ਰੈਫਿਕ ਦਾ ਹਾਲ ਵੇਖਦੇ ਹੋ, ਤੁਸੀਂ ਵੇਖਦੇ ਹੋ, ਸਫ਼ਰ ਵੀ ਕੀਤਾ ਹੋਊਗਾ ਗੱਡੀਆਂ ਦੇ ਉੱਤੇ, ਉੱਧਰ ਉੱਧਰ ਵੀ ਗਏ ਹੋਵੋਗੇ, ਕਦੀ ਕਿਸੇ ਨੇ ਕੋਈ ਹਾਰਨ ਨਹੀਂ ਮਾਰਿਆ। ਔਰ ਪੰਜਾਬ ਦੇ ਵਿੱਚ ਕਦੇ ਪੰਜਾਬ 'ਚ ਨਾ ਦੇਖੀਏ, ਹਿੰਦੁਸਤਾਨ 'ਚ ਅਸੀਂ ਰੋਜ਼ ਖਬਰਾਂ ਪੜ੍ਹਦੇ ਹਾਂ, ਅੱਜ 7 ਬੰਦੇ ਜੀ ਫਲਾਣੇ ਥਾਂ ਐਕਸੀਡੈਂਟ ਨਾਲ ਹੋ ਗਏ ਮਰ ਗਏ ਨੇ, ਅੱਜ ਉਸ ਜਗ੍ਹਾ ਦੇ ਉੱਤੇ ਬੱਸ ਦਾ ਐਕਸੀਡੈਂਟ ਹੋ ਗਿਆ, ਇਹਦੇ ਜ਼ਿਆਦਾ ਕਾਰਨ ਕੀ ਨੇ? ਦੇਖੋ ਆਪਾਂ ਇੱਕ ਜੇ ਪ੍ਰੈਕਟੀਕਲੀ ਇਸ ਚੀਜ਼ ਨੂੰ ਲੈ ਕੇ ਚੱਲੀਏ ਤਾਂ ਆਪਾਂ ਜੇ ਕਹਿੰਦੇ ਹਾਂ ਵੀ ਕੋਈ ਦੁਰਘਟਨਾ ਹੋ ਗਈ, ਕੋਈ ਸੜਕ ਦੁਰਘਟਨਾ ਹੋ ਗਈ, ਹਾਂਜੀ, ਉਹਦੇ ਵਿੱਚ ਦੋਵੇਂ ਤਾਂ ਗਲਤ ਨਹੀਂ ਹੁੰਦੇ, ਗਲਤ ਤਾਂ ਇੱਕ ਹੀ ਹੁੰਦਾ, ਇੱਕ ਹੀ ਹੁੰਦਾ। ਹੁਣ ਗੱਲ ਇੱਥੇ ਆ ਗਈ ਹੈ ਕਿ ਸਾਡੇ ਉੱਥੇ ਕਾਨੂੰਨ ਬਣੇ ਹੋਏ ਨੇ, ਟ੍ਰੈਫਿਕ ਰੂਲਸ ਨੇ, ਠੀਕ, ਪਰ ਗੱਲ ਕਮਜ਼ੋਰੀ ਕਿੱਥੇ ਹੈ ਕਿ ਉਹਨਾਂ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਕਮਜ਼ੋਰੀ ਉੱਥੇ ਹੈ। ਠੀਕ, ਗੱਲ ਕਰੀਏ ਕਿ ਹੁਣ ਕਈ ਵਾਰੀ ਇਹ ਦੇਖਿਆ ਜਾਂਦਾ ਅਮੂਮਨ ਤੌਰ 'ਤੇ ਕਿ ਬੰਦੇ ਕੋਲ ਐਪਰੋਪ੍ਰੀਏਟ ਲਾਇਸੈਂਸ ਤਾਂ ਹੈ ਨਹੀਂ। ਅੱਛਾ ਜੀ, ਗੱਡੀ ਉਹ ਵੀ ਚਲਾ ਰਿਹਾ, ਉਹ ਮੋਟਰਸਾਈਕਲ ਚਲਾ ਰਿਹਾ, ਛੋਟੇ ਛੋਟੇ ਬੱਚੇ ਹੈ। ਆਪਾਂ ਹਰੇਕ ਥਾਂ 'ਤੇ ਸਿਸਟਮ ਨੂੰ ਮਤਲਬ ਇਹਨੂੰ ਕੋਸੀਏ, ਉਹ ਨਹੀਂ, ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਵੀ ਮਤਲਬ ਬਹੁਤ ਕੁਛ ਹੈ ਜਿਹੜਾ ਇਹ ਸੋਚਣਾ ਚਾਹੀਦਾ। ਹੁਣ ਜਦੋਂ ਕੋਈ ਬੱਚਾ ਤੁਹਾਡਾ
ਕਿਸੇ ਮੋਟਰਸਾਈਕਲ ਸਕੂਟਰ 'ਤੇ ਤੁਹਾਡੀ ਗੱਡੀ 'ਤੇ ਜਾ ਰਿਹਾ ਹੈ, ਉਹਦੀ ਉਮਰ ਤਾਂ ਜੇ 13-14 ਸਾਲ ਹੈ, ਉਹਦੇ ਕੋਲ ਲਾਇਸੈਂਸ ਹੈ ਨਹੀਂ ਜਿਹੜਾ 18 ਸਾਲ ਤੋਂ ਪਹਿਲਾਂ ਉਹਨੂੰ ਮਿਲ ਨਹੀਂ ਸਕਦਾ। ਗੱਲਾਂ ਦਾ ਸਿਲਸਿਲਾ ਇੱਦਾਂ ਜਾਰੀ ਰਹੇਗਾ। ਔਰ ਛੋਟੀ ਜਿਹੀ ਬ੍ਰੇਕ ਲਈਏ, ਬ੍ਰੇਕ ਦਾ ਟਾਈਮ ਹੋ ਗਿਆ, ਵਾਪਸ ਫਿਰ ਹਾਜ਼ਰ ਹੋਣਾ, ਕਿਤੇ ਜਾਣਾ ਨਹੀਂ ਬ੍ਰੇਕ ਤੋਂ ਬਾਅਦ। Vijay Taneja of Elite Bollywood Entertainment Inc. and Velocity Commercial Investments Inc. present Dabang, the tour reloaded. Swagat nahi karoge aap? I'm Salman Khan. Hi everyone, this is Katrina Kaif. See me live 6 July, Washington. At the Capital One Arena. But is baar zara swag ke saath. Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business and we do speak your language. Thank you. ਸਵਾਗਤ ਹੈ ਜੀ ਦੁਬਾਰਾ ਸਟੂਡੀਓ ਦੇ ਵਿੱਚ। ਮਾਈ ਟੀਵੀ ਸਟੂਡੀਓ ਦੇ ਵਿੱਚ ਸਾਡੇ ਨਾਲ ਬੈਠੇ ਨੇ ਅੱਜ ਦੇ ਮੁੱਖ ਮਹਿਮਾਨ। ਸਾਡੇ ਮਹਿਮਾਨ ਨੌਜਵਾਨ ਪੀੜ੍ਹੀ 'ਚੋਂ ਵਕੀਲ ਸਰਦਾਰ ਗੁਰਸੇਖ ਸਿੰਘ ਜੀ। ਔਰ ਜਾਂਦੇ ਜਾਂਦੇ ਆਪਾਂ 2-4 ਸਵਾਲ ਤੁਹਾਨੂੰ ਹੋਰ ਕਰਨੇ ਆ, ਜਿਵੇਂ ਪੰਜਾਬ ਦੇ ਕਿਸਾਨੀ ਦੀ ਗੱਲ ਕਰੀਏ, ਪੰਜਾਬ ਦੀ ਡਰੱਗ ਸਿਸਟਮ ਦੀ ਗੱਲ ਕਰੀਏ, ਇਹ ਤੁਹਾਡੇ ਖਿਆਲ 'ਚ ਇਹਦਾ ਕੋਈ ਹੱਲ ਹੈ? ਦੇਖੋ ਜੀ, ਇੱਦਾਂ ਦੀ ਕੋਈ ਸਮੱਸਿਆ ਹੈ ਹੀ ਨਹੀਂ ਜਿਹਦਾ ਹੱਲ ਨਾ ਹੋਵੇ। ਠੀਕ ਹੈ, ਹਰੇਕ ਜੇ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਹਦੇ ਹੱਲ ਵੀ ਹੈਗੇ ਆ। ਠੀਕ ਹੈ ਜੀ। ਅਤੇ ਗੱਲ ਇਹ ਹੈ ਕਿ ਕਈ ਵਾਰੀ ਜਿਹੜੀਆਂ ਚੀਜ਼ਾਂ ਨੇ ਉਹ ਇੱਦਾਂ ਨੇ ਕਿ ਤੁਹਾਡੇ ਵਿਅਕਤੀਗਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਬਦਲ, ਇੱਕ ਬਹੁਤ ਵੱਡੇ ਪੱਧਰ 'ਤੇ ਉਹਨਾਂ ਨੂੰ ਬਦਲਣ ਦੀ ਜਿਹੜੀ ਹੁੰਦੀ ਹੈ, ਮਤਲਬ ਕਿ ਇੱਕ ਜੱਦੋਜਹਿਦ ਕਰਨੀ ਪੈਂਦੀ ਹੈ। ਔਰ ਜੱਦੋਜਹਿਦ ਕਰਨ ਵਾਸਤੇ ਸਰਕਾਰਾਂ ਨੇ ਐਡਮਿਨਿਸਟ੍ਰੇਸ਼ਨ ਹੈ। ਹਾਂਜੀ, ਗੱਲ ਕਰੀਏ ਆਪਾਂ ਕਿਸਾਨੀ ਦੀ, ਕਿਸਾਨੀ ਵਾਕਈ ਗੱਲ ਹੈ ਕਿ ਬੜੇ ਨਾਜ਼ੁਕ ਦੌਰ 'ਚੋਂ ਗੁਜ਼ਰਦੀ ਹੈ ਭਾਈ। ਹਾਂਜੀ ਹਾਂਜੀ। ਕਿਸਾਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਕਣਕ ਝੋਨੇ ਤੋਂ ਜੀ ਮਤਲਬ ਕਿਸਾਨ ਹੈ ਜਿਹੜੀ ਆਪਣਾ ਕੋਈ ਹੋਰ ਬਦਲ ਲੈਣ ਜੀ, ਪਾਣੀ ਹੈ ਦਿਨੋਂ ਦਿਨ ਥੱਲੇ ਜਾ ਰਹੇ ਨੇ ਜੀ, ਬਿਲਕੁਲ। ਔਰ ਪਾਣੀ ਹੈ ਜਿਹੜਾ ਦੂਸ਼ਿਤ ਵੀ ਹੋ ਰਿਹਾ, ਥੱਲੇ ਤਾਂ ਜਿਹੜਾ ਜਾਈ ਰਿਹਾ ਦੂਸ਼ਿਤ ਵੀ ਹੋ ਰਿਹਾ ਜੀ। ਪਰ ਗੱਲ ਇਹ ਹੈ ਕਿ ਮਤਲਬ ਜਿਹੜੀ ਸਰਕਾਰ ਹੈ ਸਾਡਾ, ਜਿਹੜਾ ਪ੍ਰਸ਼ਾਸਨ ਹੈ, ਵੱਡਾ ਉਪਰਾਲਾ ਤਾਂ ਉਹਦੇ ਵੱਲੋਂ ਹੀ ਕਰਨਾ ਪਏਗਾ। ਬਿਲਕੁਲ ਜੀ। ਜਿੱਦਾਂ ਆਪਾਂ ਕਹਿ ਦਈਏ ਕਿ ਸਰਕਾਰ, ਕਿਸਾਨ ਨੇ ਫਸਲ ਆਪਣੀ ਬੀਜੀ ਹੈ, ਉਹਨੂੰ ਪਾਲਿਆ, ਉਹਨੂੰ ਮੰਡੀ ਦੇ ਵਿੱਚ ਵੇਚਣ ਗਿਆ, ਹਾਂਜੀ, ਜਦੋਂ ਤੁਹਾਨੂੰ ਉਹਦੀ ਪੂਰੀ ਕੀਮਤ ਹੀ ਨਹੀਂ ਮਿਲੇਗੀ, ਤਾਂ ਫਿਰ ਕਿਸਾਨੀ ਦਾ ਜਾਂ ਮਤਲਬ ਜ਼ਿਮੀਂਦਾਰੇ ਦਾ ਜਿਹੜਾ ਵਿਘਟਨ ਹੈ, ਉਹਦਾ ਜਿਹੜਾ ਪੱਧਰ ਹੈ, ਉਹ ਦਿਨ ਪ੍ਰਤੀ ਦਿਨ ਨੀਵਾਂ ਹੋਣਾ ਜਾਣਾ, ਉਹਦਾ ਖਤਮ ਹੋਣਾ ਤੈਅ। ਬਿਲਕੁਲ ਜੀ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਜਿਹੜੀ ਸਰਕਾਰ ਨੇ ਕੀਮਤ ਦੀ ਨਿਸ਼ਚਾ ਕਰਨੀ ਆ, ਕੀਮਤ ਬੰਨਣੀ ਆ, ਜਾਂ ਕੀਮਤ ਜ਼ਿਮੀਂਦਾਰ ਨੂੰ ਦੇਣੀ ਆ, ਉਹ ਸੈਂਟਰ ਸਰਕਾਰ ਦੇ ਹੱਥ ਆ। ਬਿਲਕੁਲ ਜੀ। ਜਿਵੇਂ ਆਪਾਂ ਤੁਹਾਡੇ ਨਾਲ, ਮੈਂ ਬਿਲਕੁਲ ਸਹਿਮਤ ਹਾਂ। ਹੁਣ ਜਿਵੇਂ ਡਰੱਗ ਦੀ ਗੱਲ ਕਰ ਲਈਏ, ਮੈਨੂੰ ਬੜਾ ਦੁੱਖ ਹੁੰਦਾ, ਆਪਾਂ ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਦੇਖਦੇ ਹਾਂ ਕਿ ਰੋਜ਼ ਹੀ 4-5-10 ਬੱਚੇ ਜਿਹੜੇ ਨੌਜਵਾਨ ਨੇ ਪੰਜਾਬ ਦੇ, ਆ ਹੁਣ ਥੋੜ੍ਹੇ ਦਿਨਾਂ ਤੋਂ ਇਹ ਗੱਲ ਦਾ ਜ਼ਿਆਦਾ ਜ਼ੋਰ ਆ, ਕੀ ਸਰਕਾਰਾਂ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ? ਸਰਕਾਰਾਂ ਦਾ ਧਿਆਨ ਬਹੁਤ ਘੱਟ ਹੈ ਜੀ, ਕਿਉਂਕਿ ਜਿਹੜੇ ਲੋਕ ਨਸ਼ੇ ਦੇ ਵਿੱਚ ਲੱਗ ਚੁੱਕੇ ਨੇ, ਉਹਨਾਂ ਨੂੰ ਨਸ਼ੇ ਤੋਂ ਹਟਾਉਣ ਵਾਸਤੇ ਇੱਕ ਬਹੁਤ ਹੀ ਵਧੀਆ ਇੱਕ ਐਟਮੋਸਫੀਅਰ ਹੈ ਜਿਹੜਾ ਪਰਟੀਕੁਲਰ ਦੀ, ਉਹਨਾਂ ਲੋਕਾਂ ਨੂੰ ਸਾਨੂੰ ਪ੍ਰੋਵਾਈਡ ਕਰਨਾ ਪਏਗਾ, ਜਿਹਦਾ ਜਿਹਦੀ ਬਹੁਤ ਕਮੀ ਆ ਉੱਥੇ। ਖਾਸ ਤੌਰ 'ਤੇ ਆਪਾਂ ਗੱਲ ਕਰੀਏ ਕਿ ਉਹਨਾਂ ਵਾਸਤੇ ਕੋਈ ਵੱਖਰੇ ਹੋਸਪਿਟਲ ਹੋਣ, ਉਹਨਾਂ ਨੂੰ ਸਪੈਸ਼ਲ ਡਾਕਟਰ ਨੇ ਜਿਹੜੇ ਉਹਨਾਂ ਦੀ ਨਿਗਰਾਨੀ ਵਾਸਤੇ ਮਤਲਬ ਉਹਨਾਂ ਨੂੰ ਦਿੱਤੇ ਜਾਣ,
ਇਸ ਤੋਂ ਇਲਾਵਾ ਜਿਹੜਾ ਇੱਕ ਉਹਨਾਂ ਦਾ ਮਾਨਸਿਕ ਵਾਤਾਵਰਨ ਹੈ, ਉਹਨਾਂ ਨੂੰ ਇੱਕ ਬਹੁਤ ਹੀ ਵਧੀਆ ਮਾਨਸਿਕ ਵਾਤਾਵਰਨ ਹੈ ਜਿਹੜਾ ਉਹਨਾਂ ਨੂੰ ਪ੍ਰਦਾਨ ਕੀਤਾ ਜਾਏ, ਤਾਂ ਕਿ ਮਤਲਬ ਕਿ ਘਰੋਂ ਦੂਰ ਰਹਿ ਕੇ ਜੇ ਕੋਈ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਗਿਆ ਹੋਇਆ ਤਾਂ ਉਹਨਾਂ ਨੂੰ ਮਤਲਬ ਆਪਣੇ ਘਰ ਦੀ ਜਿਹੜੀ ਹੈ ਕਮੀ ਨਾ ਇੱਦਾਂ ਮਹਿਸੂਸ ਹੋਵੇ, ਉਹਨਾਂ ਵਾਸਤੇ ਇੱਕ ਬਹੁਤ ਹੀ ਵਧੀਆ ਫਰੈਂਡਲੀ ਟਾਈਪ ਆਫ ਐਟਮੋਸਫੀਅਰ ਹੈ ਜਿਹੜਾ। ਜਿੱਦਾਂ ਸੁਣ 'ਚ ਆਇਆ ਵੀ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਵੀ ਡਰੱਗ ਜਿਹੜੀ ਆ ਉਹ ਕਈਆਂ ਨੂੰ ਮੁਹੱਈਆ ਹੋ ਜਾਂਦੀ ਹੈ, ਹਾਂਜੀ, ਇਹਦੀ ਕੋਈ ਰੋਕਥਾਮ ਸਰਕਾਰ ਨਹੀਂ ਕਰਦੀ ਜਾਂ ਉਹ ਜਿਹੜਾ ਨਸ਼ਾ ਕੇਂਦਰ ਵਾਲੇ ਆ ਉਹ ਨਹੀਂ ਕਰਦੇ, ਇਹਦੇ 'ਤੇ ਵੀ ਇਹਨਾਂ ਨੂੰ ਗੰਭੀਰ ਹੋਣਾ ਪਏ? ਬਿਲਕੁਲ ਜੀ, ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਬਹੁਤ ਹੀ ਸਖਤ ਕਦਮ ਜਿਹੜੇ ਨੇ ਚੁੱਕਣੇ ਚਾਹੀਦੇ ਨੇ ਇਸ ਪ੍ਰਤੀ। ਜੇ ਕੋਈ ਇੱਦਾਂ ਮਤਲਬ ਇਹ ਕੋਈ ਇੰਸੀਡੈਂਟ ਹੁੰਦਾ ਹੈ ਕਿ ਕਿਸੇ ਹੋਸਪਿਟਲ ਦੇ ਵਿੱਚ, ਕਿਸੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਜਾਂ ਕਿਤੇ ਹੋਰ ਵੀ, ਆਪਾਂ ਗੱਲ ਕਰਦੇ ਹਾਂ ਕੋਈ ਉੱਥੋਂ ਦੇ ਜਿੱਦਾਂ ਸੁਧਾਰ ਘਰਾਂ ਦੀ ਗੱਲ ਕਰ ਲਈਏ ਜਾਂ ਜਿਹਨਾਂ ਦੀ ਵੀ ਗੱਲ ਕਰ ਲਈਏ, ਕਿ ਜੇ ਕੋਈ ਇੱਦਾਂ ਦਾ ਇੰਸੀਡੈਂਟ ਉੱਥੇ ਵਾਪਰਦਾ ਹੈ, ਕੋਈ ਨਸ਼ਾ ਕਿਤੇ ਵੱਡੇ ਪੱਧਰ 'ਤੇ ਕੋਈ ਇੱਦਾਂ ਫੜਿਆ ਜਾਂਦਾ, ਬਿਲਕੁਲ ਜੀ, ਤਾਂ ਉਹਨਾਂ ਨੂੰ ਕੀ ਹੈ ਕਿ ਬੜੇ ਸੰਜੀਦਾ ਢੰਗ ਦੇ ਨਾਲ ਔਰ ਬੜੇ ਮਤਲਬ ਕਿ ਗਹਿਰਾਈ ਦੇ ਨਾਲ ਇਸ ਚੀਜ਼ ਦੀ ਪੜਚਾਲ ਜਿਹੜੀ ਪੜਤਾਲ ਹੈ ਜਿਹੜੀ ਕਰਨੀ ਚਾਹੀਦੀ ਹੈ ਕਿ ਇਹ ਜਿਹੜਾ ਇੱਥੋਂ ਤੱਕ ਪਹੁੰਚਿਆ ਅਤੇ ਪਹੁੰਚਿਆ ਕਿਵੇਂ, ਔਰ ਜਿਹੜੇ ਲੋਕਾਂ ਦਾ ਇਹਦੇ ਵਿੱਚ ਹੱਥ ਹੈ ਜਾਂ ਮਤਲਬ ਜਿਹੜੇ ਮਤਲਬ ਵਜ ਨੇ ਲੋਕ ਜਿਹੜੇ ਇਹਨਾਂ ਧੰਦਿਆਂ ਦੇ ਵਿੱਚ ਹੈ, ਉਹਨਾਂ ਨੂੰ ਫੜਿਆ ਜਾਏ, ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਤਾਂ ਕਿ ਹੋਰ ਜਿਹੜੇ ਲੋਕ ਨੇ ਉਹਨਾਂ ਵਾਸਤੇ ਇੱਕ ਉਹਨਾਂ ਨੂੰ ਸਬਕ ਮਿਲੇ ਕਿ ਇਹ ਜਿਹੜਾ ਕੰਮ ਹੈ ਅਸੀਂ ਇਹ ਨਹੀਂ ਕਰਨਾ। ਇਹ ਸਮਾਂ ਬਹੁਤ ਘੱਟ ਰਹਿ ਗਿਆ, ਤੁਹਾਡੇ ਆਉਣ ਦਾ ਫਿਰ ਤਹਿ ਦਿਲੋਂ ਸਵਾਗਤ ਕਰਦੇ ਹਾਂ, ਔਰ ਜਾਂਦੇ ਜਾਂਦੇ ਤੁਸੀਂ ਵੀ ਨੌਜਵਾਨ ਹੋ, ਯੰਗ ਪੀੜ੍ਹੀ 'ਚ ਆਉਂਦੇ ਹੋ, ਕੋਈ ਸੰਦੇਸ਼ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਜੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸਾਰੇ ਪੰਜਾਬੀ ਭਾਈਚਾਰੇ ਨੂੰ ਮੇਰਾ ਇੱਕੋ ਹੀ ਸੰਦੇਸ਼ ਹੈ ਕਿ ਆਪਾਂ ਪਰਮਾਤਮਾ ਸਾਡੇ 'ਤੇ ਕਿਰਪਾ ਬਣਾਈ ਰੱਖੇ, ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹੀਏ, ਜਿਹੜਾ ਸਾਡੇ 'ਤੇ ਕੋਈ ਮਾੜਾ ਚੰਗਾ ਦੌਰ ਹੈ ਜਿਹੜਾ ਚੱਲ ਰਿਹਾ, ਅਸੀਂ ਸਾਰੇ ਇੱਕਜੁੱਟ ਹੋ ਕੇ ਮਿਲ ਜੁਲ ਕੇ ਇਹ ਜਿਹੜੀ ਪ੍ਰੋਬਲਮ ਹੈ, ਇਹ ਸਮੱਸਿਆ ਜਿਹੜੀ, ਇਹਦੇ ਉੱਤੇ ਆਪਾਂ ਜਿੱਤ ਹਾਸਲ ਕਰੀਏ। ਜਿੱਦਾਂ ਵੀ ਜੇ ਕੋਈ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਹੈ ਅਤੇ ਉਹ ਵੀ ਜਿੱਦਾਂ ਆਪਣੇ ਤੁਹਾਡੇ ਪਿੱਛੇ ਪੰਜਾਬੀ ਭਾਈਚਾਰਾ ਬੈਠਾ ਹੋਇਆ, ਇੱਕ ਆਪਾਂ ਪਰਿਵਾਰ ਦੀਆਂ ਹੱਦਾਂ ਬੰਦੀਆਂ ਨੂੰ ਛੱਡ ਕੇ ਸਮਾਜ ਨੂੰ ਵਿੱਚ ਨਾਲ ਜੋੜ ਕੇ ਉਹਨਾਂ ਦੀ ਮਦਦ ਕਰੀਏ, ਤਾਂ ਕਿ ਸਾਡਾ ਸਮਾਜ ਹੈ ਜਿਹੜਾ ਪੰਜਾਬੀ ਭਾਈਚਾਰਾ ਜਿਹੜਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਸਕੇ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਥੈਂਕ ਯੂ, ਤੁਸੀਂ ਸਾਡੇ ਸਟੂਡੀਓ 'ਚ ਆਏ, ਮਾਈ ਟੀ ਵੀ ਦੇ ਸਟੂਡੀਓ 'ਚ ਆਏ ਹੋ, ਥੈਂਕ ਯੂ ਜੀ, ਔਰ ਅਸੀਂ ਵੀ ਦੁਆ ਕਰਦੇ ਹਾਂ ਕਿ ਤੁਸੀਂ ਆਉਣ ਵਾਲੀ ਪੀੜ੍ਹੀ ਦਾ ਇੱਕ ਰੋਲ ਮਾਡਲ ਬਣੋ, ਤੁਸੀਂ ਚੰਗੀ ਸੇਧ ਦਿਓ। ਔਰ ਦੋਸਤੋ, ਅੱਜ ਦੀ ਖਾਸ ਮੁਲਾਕਾਤ ਦੇ ਵਿੱਚ ਆਏ ਸਨ ਸਾਡੇ ਨਾਲ ਗੁਰਸੇਵਕ ਸਿੰਘ ਜੀ, ਐਡਵੋਕੇਟ, ਐਂਡ ਹਰ ਵੀਕ ਅਸੀਂ ਨਵੇਂ ਨਵੇਂ ਚਿਹਰੇ ਤੁਹਾਡੇ ਨਾਲ ਰੂਬਰੂ ਕਰਵਾਵਾਂਗੇ, ਔਰ ਪਿਆਰ ਇੱਦਾਂ ਦਿੰਦੇ ਰਹੋ। ਤੁਹਾਡਾ ਆਪਣਾ ਹਰਜੀਤ ਹੁੰਦਾ, ਸਤਿ ਸ਼੍ਰੀ ਅਕਾਲ।